ਅਸੀਂ ਗੁਲਾਮ ਇੱਕ ਅਕਾਲ ਪੁਰਖ ਦੇ ਕਹੋ ਕਬੀਰ ਗੁਲਾਮ ਕਰਕੇ ਜੀਆਏ ਭਾਵੇਂ ਬਾਹਰ। ਪੂਰੀ ਦੁਨੀਆਂ ਦਾ ਗੁਰੂ ਹੈ। ਲੌਜੀਕਲ ਗੱਲਾਂ ਕਰਦੇ ਨੇ ਮੇਰੇ ਸਤਿਗੁਰੂ। ਮੇਰੇ ਸਤਿਗੁਰੂ ਦੀ ਕੋਈ ਵੀ ਪਾਵਨ ਬਾਣੀ ਦੀ ਤੁਕ ਹੈ, ਕੋਈ ਵੀ ਪਾਵਨ ਬਾਣੀ ਦਾ ਬਾਣੀ ਹੈ, ਸਾਰੀ ਦੀ ਸਾਰੀ ਪੂਰੇ ਸੰਸਾਰ ਤੇ ਢੁਕਦੀ ਹੈ। ਜੇ ਮੇਰੇ ਸਤਿਗੁਰੂ ਕਹਿੰਦੇ ਨਾ ਪਵਨ ਗੁਰੂ ਤੇ ਯੂਰਪੀਅਨ ਕੰਟਰੀਆਂ ਵਾਸਤੇ ਵੀ ਪਵਨ ਹਵਾ ਆਕਸੀਜਨ ਦਾ ਕੰਮ ਕਰਦੀ ਹੈ। ਅਰਬ ਕੰਟਰੀਆਂ ਵਿੱਚ ਵਸਣ ਵਾਲੇ ਲੋਕਾਂ ਵਾਸਤੇ ਵੀ ਪਵਨ ਗੁਰੂ ਭਾਵ ਆਕਸੀਜਨ ਹੈ। ਪਵਨ ਗੁਰੂ ਪਾਣੀ ਪਿਤਾ, ਪਾਣੀ ਸਾਨੂੰ ਜ਼ਿੰਦਗੀ ਦਿੰਦਾ ਹੈ। ਰੋਟੀ ਤੋਂ ਬਗੈਰ ਅਸੀਂ 2-4-5-10 ਦਿਨ ਭੁੱਖੇ ਰਹਿ ਸਕਦੇ ਹਾਂ, ਪਰ ਪਾਣੀ ਤੋਂ ਬਗੈਰ 2-4 ਘੰਟੇ ਰਹਿਣਾ ਵੀ ਮੁਸ਼ਕਲ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਨ ਬਾਣੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇ। ਸਤਿਗੁਰੂ ਕਹਿੰਦੇ ਦਿਨ ਤੇ ਰਾਤ ਖਿਡਾਵਾ ਤੇ ਖਿਡਾਵੀ ਹੈ, ਖੇਲੇ ਸਗਲ ਜਗਤ, ਪੂਰੀ ਦੁਨੀਆਂ ਇਹਦੇ ਵਿੱਚ ਖੇਡ ਰਹੀ ਹੈ, ਪੂਰੀ ਦੁਨੀਆਂ ਖੇਡ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦਾ ਇੱਕ ਮੈਂ ਹੁਕਮ ਤੁਹਾਡੇ ਨਾਲ ਸਾਂਝਾ ਕਰਾਂ। ਸਤਿਗੁਰੂ ਕਹਿੰਦੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਹੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਜਿੰਨੀਆਂ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਸਾਰੀ ਦੀ ਸਾਰੀ ਕ੍ਰਾਂਤੀਕਾਰੀ ਹੈ, ਕਰਾਮਾਤੀ ਨਹੀਂ ਹੈ। ਭਲਾ ਕਿਤੇ ਸੋਚਿਓ ਕਿ ਇਸ ਪਾਵਨ ਬਾਣੀ ਦੇ ਨਾਲ ਤੁਹਾਡੀ ਸੋਚ ਦੇ ਵਿੱਚ ਚੇਂਜ ਆਊਗੀ, ਤੁਹਾਡੀ ਸੋਚ ਬਦਲੂਗੀ। ਤੇ ਜਦੋਂ ਸੋਚ ਬਦਲਦੀ ਹੈ ਨਾ ਸਾਧ ਸੰਗਤ, ਸਮਾਜ ਬਦਲ ਜਾਂਦੇ ਹੈ। ਬਾਬਾ ਨਾਨਕ ਨੇ ਸੋਚ ਬਦਲੀ ਸੀ ਤੇ 3 ਕਰੋੜ ਉਹਦੇ ਸਿੱਖ ਸਨ ਉਸ ਵਕਤ। ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਉਹ ਪਾਵਨ ਬਾਣੀ ਵਾਲਾ ਪਿਆਰ ਪੈਦਾ ਕਰੀਏ, ਜਿਹੜੀ ਪਾਵਨ ਬਾਣੀ ਸਾਨੂੰ ਹਰ ਇੱਕ ਪਰਿਵਾਰ ਨਾਲ ਜੋੜਦੀ ਹੈ। ਜਿਹੜੀ ਪਾਵਨ ਬਾਣੀ ਕਹਿੰਦੀ ਕੀ ਹੈ, ਫਰੀਦਾ, ਬਾਬਾ ਫਰੀਦ ਜੀ ਮੁਸਲਮਾਨ ਧਰਮ ਦੇ ਵਿੱਚੋਂ, ਉਹਨਾਂ ਦੀ ਪਾਵਨ ਬਾਣੀ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਪਿਤਾ ਨੇ ਰੱਖੀ। ਬਾਬਾ ਕਬੀਰ ਜਿਹੜੇ ਜੁਲਾਹੇ ਪਰਿਵਾਰ ਨਾਲ ਸੰਬੰਧ ਰੱਖਦੇ ਹੈ, ਬਾਬਾ ਰਵਿਦਾਸ ਜਿਹੜੇ ਅਧਰਮੀਆਂ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਹੈ, ਬਾਬਾ ਨਾਮਦੇਵ, ਸਾਰਿਆਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਚ ਰੱਖ ਕੇ ਦੁਨੀਆਂ ਦੇ ਲੋਕਾਂ ਨੂੰ ਇਹ ਸਾਬਤ ਕਰਤਾ ਕਿ ਇਨਸਾਨਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਊਚ ਨੀਚ ਵਾਲਾ ਫਰਕ ਨਹੀਂ ਹੈ। ਇਨਸਾਨਾਂ ਦੇ ਵਿੱਚ ਕੋਈ ਊਚ ਨੀਚ ਵਾਲਾ ਫਰਕ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਸਗਲ ਬਨਸਪਤ ਮਾਹੇ ਬਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ। ਸਤਿਗੁਰੂ ਕਹਿੰਦੇ ਜਿਤਨੀ ਵੀ ਬਨਸਪਤੀ ਹੈ ਨਾ ਉਹਦੇ ਵਿੱਚ ਅੱਗ ਹੈ। ਇਹ ਜੋ ਤੁਹਾਡੇ ਸਾਹਮਣੇ ਦਰਖਤ ਖੜਾ ਨਾ, ਇਹਦੇ ਵਿੱਚ ਵੀ ਅੱਗ ਹੈ ਪਰ ਦਿਸਦੀ ਨਹੀਂ ਹੈ। ਦੁੱਧ ਭਾਵੇਂ ਮੱਝ ਦਾ ਹੈ, ਗਾਂ ਦਾ ਹੈ, ਭੇਡ ਦਾ ਹੈ, ਬੱਕਰੀ ਦਾ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦੇ ਵਿੱਚ ਘਿਓ ਹੈ, ਦਿਸਦਾ ਨਹੀਂ ਹੈ।
ਸਗਲ ਬਨਸਪਤ ਮਾਹੇ ਬਸੰਤਰ ਸਗਲ ਦੁੱਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ। ਇਹ ਦੁਨੀਆਂ ਦੇ ਲੋਕੋ ਤੁਸੀਂ ਉੱਚੇ ਤੇ ਨੀਵੇਂ ਆਪ ਪੈਦਾ ਕੀਤੇ ਆ, ਪਰ ਦੋਵਾਂ ਦੇ ਵਿੱਚ ਅਕਾਲ ਪੁਰਖ ਵਰਤ ਰਿਹਾ ਹੈ। ਗੁਰਦੀਪ ਸਿੰਘ ਬਾਂਡੀਵਾਲ ਜੀ ਜਿਨ੍ਹਾਂ ਨੇ ਆਪ ਜੀ ਨੂੰ ਗੁਰਮਤ ਦੇ ਮਾਧਿਅਮ ਤੋਂ ਅੱਜ ਦੀ ਜੋ ਇਤਿਹਾਸਿਕ ਯਾਤਰਾ ਉਹਦੇ ਮਕਸਦ ਤੋਂ ਜਾਣੂ ਕਰਵਾਇਆ। ਸਾਡੇ ਵਿਚਕਾਰ ਸ਼੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਸੰਜੇ ਗਾਂਧੀ ਨਗਰ ਔਰ ਦਾਦਾ ਕਲੋਨੀ ਤੇ ਸਰਦਾਰ ਗਿਆਨ ਸਿੰਘ ਜੀ ਪ੍ਰਧਾਨ ਸਾਹਿਬ, ਵਾਇਸ ਪ੍ਰਧਾਨ ਬਲਵੰਤ ਸਿੰਘ ਜੀ, ਸਰਦਾਰ ਦਰਸ਼ਨ ਸਿੰਘ ਜੀ, ਸਰਦਾਰ ਤਰਨਜੀਤ ਸਿੰਘ ਜੀ ਔਰ ਸਰਦਾਰ ਹਰਜਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਆਏ ਹਨ। ਕੇਵਲ ਚੰਦ ਭੱਟੀ ਜੀ ਕੋਆਰਡੀਨੇਟਰ ਲੋਕ ਸਭਾ ਹਲਕਾ ਜਲੰਧਰ ਬਹੁਜਨ ਸਮਾਜ ਪਾਰਟੀ, ਉਹ ਵੀ ਸਾਡੇ ਵਿਚਕਾਰ ਵਿਸ਼ੇਸ਼ ਤੌਰ ਤੇ ਪਹੁੰਚੇ ਆ। ਬੇਨਤੀ ਕਰਦਾ ਸਰਦਾਰ ਗਿਆਨ ਸਿੰਘ ਜੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਤੇਗ ਬਹਾਦਰ ਗੁਰਦੁਆਰਾ ਸਾਹਿਬ ਸੰਜੇ ਗਾਂਧੀ ਨਗਰ ਕਿ ਅੱਜ ਦੀ ਇਸ ਇਤਿਹਾਸਿਕ ਯਾਤਰਾ ਦੇ ਇੱਥੇ ਪਹੁੰਚਣ ਤੇ ਇਸ ਯਾਤਰਾ ਨੂੰ ਜੀ ਆਇਆ ਕਹਿਣ। ਸਰਦਾਰ ਗਿਆਨ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਇਸ ਇਤਿਹਾਸਿਕ ਯਾਤਰਾ ਦੇ ਸੰਜੇ ਗਾਂਧੀ ਨਗਰ ਤੋਂ ਜੋ ਸਾਥੀ ਸਾਡੇ ਵਿਚਕਾਰ ਪਹੁੰਚੇ ਹਨ, ਇਸ ਇਤਿਹਾਸਿਕ ਯਾਤਰਾ ਕੇਸਗੜ੍ਹ ਸਾਹਿਬ ਅਨੰਦਪੁਰ ਤੋਂ ਚੱਲ ਕੇ ਅਨੰਦਪੁਰ ਸਾਹਿਬ ਤੋਂ ਇਸ ਦੀ ਸਵੇਰੇ 7 ਵਜੇ ਜੋ ਰਵਾਨਗੀ ਆਈ ਔਰ ਸਮਾਪਤੀ ਜੋ ਹੈ ਚਾਰ ਤਖ਼ਤ ਹਰਿਮੰਦਰ ਸਾਹਿਬ ਜਾ ਕੇ ਹੋਵੇਗੀ ਔਰ ਉੱਥੇ ਜੋ ਸਾਡੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਹਨ ਉਹਨਾਂ ਨੂੰ ਜੋ ਸੰਗਤਾਂ ਹਨ ਮੈਂਬਰ ਅੰਦਰ ਦੇਣਗੀਆਂ ਕਿ ਜਿਹੜੀਆਂ ਜਾਤ ਅਧਾਰਤ ਕਬਰਸਤਾਨ ਪਿੰਡਾਂ ਦੇ ਵਿੱਚ ਬਣੇ ਹੋਏ ਹਨ ਉਹਨਾਂ ਨੂੰ ਖਤਮ ਕਰਕੇ ਇੱਕ ਕੀਤਾ ਜਾਵੇ। ਅਲੱਗ ਅਲੱਗ ਧਰਮਾਂ ਦੇ ਨਾਂ ਦੇ ਜਿਹੜੇ ਪਿੰਡਾਂ ਦੇ ਵਿੱਚ ਅਲੱਗ ਅਲੱਗ ਗੁਰਦੁਆਰੇ ਹਨ ਉਹਨਾਂ ਨੂੰ ਇੱਕ ਕੀਤਾ ਜਾਵੇ ਔਰ ਜਿਹੜਾ ਜਾਤ ਅਧਾਰਤ ਪਾੜਾ ਵੱਧ ਰਿਹਾ ਇਸ ਇਤਿਹਾਸਿਕ ਯਾਤਰਾ ਦਾ ਮਨੋਰਥ ਉਸਨੂੰ ਖਤਮ ਕਰਨਾ ਔਰ ਗੁਰੂਆਂ ਪੈਗੰਬਰਾਂ ਦਾ ਜੋ ਉਪਦੇਸ਼ ਸੀ ਮਾਨਸ ਕੀ ਜਾਤ ਸਭੇ ਇੱਕ ਪਹਿਚਾਣ ਦੋ ਉਸਨੂੰ ਅਮਲੀ ਜਾਮਾ ਪਹਿਨਾਉਣਾ ਔਰ ਲੋਕਾਂ ਦੇ ਜੋ ਜਾਤੀ ਮਾਨਸਿਕਤਾ ਬਣ ਚੁੱਕੀ ਹੈ ਉਸਨੂੰ ਸਮਾਪਤ ਕਰਕੇ ਆਪਣੇ ਮਹਾਂਪੁਰਸ਼ਾਂ ਦੇ ਉਪਦੇਸ਼ ਨੂੰ ਜਨ ਜਨ ਤੱਕ ਪਹੁੰਚਾਉਣਾ ਅੱਜ ਦੀ ਇਸ ਯਾਤਰਾ ਦਾ ਮੁੱਖ ਮਕਸਦ ਹੈ। ਬੇਨਤੀ ਕਰਾਂਗਾ ਸਰਦਾਰ ਗਿਆਨ ਸਿੰਘ ਜੀ ਕਿ ਉਹ ਅੱਜ ਦੀ ਇਸ ਯਾਤਰਾ ਨੂੰ ਜੀਆਂ ਕਹਿਣ। ਸਰਦਾਰ ਗਿਆਨ ਸਿੰਘ ਜੀ ਗੁਰੂ ਰੂਪ ਗੁਰੂ ਸਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੀ ਸਾਧ ਜੀਓ ਗੱਜ ਕੇ ਫਤਿਹ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ ਸਾਡੇ ਗੁਰੂਆਂ ਨੇ ਸਾਨੂੰ ਧਰਮਾਂ 'ਚੋਂ ਕੱਢਣ ਦੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹੋ ਹੀ ਉਪਦੇਸ਼ ਦਿੱਤਾ ਕਿ ਸਾਡਾ ਧਰਮ ਨਹੀਂ, ਸਾਡੀ ਕੋਈ ਜਾਤ ਨਹੀਂ, ਸਾਡਾ ਇੱਕੋ ਹੀ ਗੁਰੂ ਹੈ, ਇੱਕੋ ਸਾਡਾ ਮਨੋਰਥ ਹੈ, ਇੱਕੋ ਉਦੇਸ਼ ਹੈ ਮਾਨਵਤਾ। ਇਨਸਾਨ ਨੂੰ ਇਨਸਾਨ ਦੇ ਨਾਲ ਪ੍ਰੇਮ ਹੋਣਾ ਚਾਹੀਦਾ, ਪਿਆਰ ਹੋਣਾ ਚਾਹੀਦਾ, ਉਹਦੇ ਦੁੱਖ ਨਾਲ ਦੁੱਖ ਹੋਣਾ ਚਾਹੀਦਾ। ਜਦਕਿ ਸਾਡੇ ਸਮਾਜ ਦੇ ਵਿੱਚ ਸਾਡੇ ਸਿਆਸਤਦਾਨ ਲੀਡਰਾਂ ਨੇ ਸਾਡੇ ਧਰਮ ਵੀ ਵੰਡ ਦਿੱਤੇ, ਸਾਡੇ ਪਰਿਵਾਰ ਵੀ ਵੰਡ ਦਿੱਤੇ ਆ,
ਔਰ ਸਾਡੇ ਘਰ ਹੀ ਬਣ ਦਿੱਤੇ ਆ ਤਾਂ ਕਿ ਇੱਕ ਘਰ ਦੇ ਵਿੱਚ ਜੇ ਦੋ ਮੈਂਬਰ ਆ ਤੇ ਉਹਨਾਂ ਦੇ ਦੋ ਹੀ ਧੜੇ ਹੋ ਗਏ ਆ। ਸੋ ਸਾਨੂੰ ਜੋ ਲੋੜ ਹੈ ਇਹਨਾਂ ਧੜਿਆਂ ਚੋਂ ਬਾਹਰ ਨਿਕਲ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਗੀਏ, ਗੁਰੂ ਵਾਲੇ ਬਣੀਏ ਔਰ ਮਾਨਵਤਾ ਕੀ ਜਾਤ ਸਭੇ ਇੱਕੋ ਪਛਾਣ ਉਹਦੇ ਹੁਕਮ ਦੇ ਅੰਦਰ ਆ ਕੇ ਅਸੀਂ ਜੋ ਵੀ ਆਪਣੇ ਕਾਰਜ ਕਰਨੇ ਆ, ਸਵਾਰਥ ਕਰਨੇ ਆ, ਉਹ ਅਸੀਂ ਕਰੀਏ। ਨਾ ਕਿ ਨਿੱਜ ਸਵਾਰਥ ਹੋ ਕੇ ਅਸੀਂ ਗਲਤ ਕੰਮ ਕਰਾਂਗੇ, ਗਲਤ ਉਪਦੇਸ਼ ਦੇਵਾਂਗੇ ਤੇ ਉਹਦਾ ਪਿਛੋਕੜ ਕੀ ਹੋਊਗਾ, ਸਾਡੇ ਪਰਿਵਾਰ ਵੰਡੇ ਜਾਣਗੇ, ਸਾਡੇ ਬੱਚੇ ਵੰਡੇ ਜਾਣਗੇ, ਅਸੀਂ ਕੁਛ ਵੀ ਨਹੀਂ ਕਰ ਸਕਦੇ। ਸੋ ਮੇਰੀ ਇੱਕ ਪੁਰਜ਼ੋਰ ਬੇਨਤੀ ਹੈ ਕਿ ਜਿੰਨੇ ਵੀ ਅਸੀਂ ਇੱਥੇ ਸੰਜੇ ਗਾਂਧੀ ਨਗਰ, ਦਾਦਾ ਕਲੋਨੀ, ਸਹੀਪੁਰ, ਅਸੀਂ ਆਪਣੇ ਇਲਾਕੇ ਦੇ ਲੋਕ ਹਾਂ, ਅਸੀਂ ਪਹਿਲਾਂ ਆਪਣਾ ਆਪ ਸਵਾਰੀਏ ਤਾਂ ਦੂਸਰੇ ਨੂੰ ਤਾਂ ਸਵਾਰ ਸਕਦੇ ਹਾਂ। ਸਤਸੰਗ ਜੀ, ਅਸੀਂ ਆਪਣੇ ਜੇ ਆਪ ਹੀ ਵੰਡ ਪਾ ਕੇ ਰੱਖਾਂਗੇ ਤਾਂ ਦੂਸਰੇ ਨੂੰ ਅਸੀਂ ਜੋੜ ਨਹੀਂ ਸਕਦੇ। ਪਹਿਲਾਂ ਸਾਨੂੰ ਆਪ ਨੂੰ ਜੁੜਨਾ ਪਊਗਾ, ਫਿਰ ਅਸੀਂ ਦੂਸਰੇ ਨਾਲ ਜੋੜ ਸਕਦੇ ਹਾਂ। ਸੋ ਮੇਰੀ ਬੇਨਤੀ ਆ ਕਿ ਸਾਡੇ ਇਸ ਇਲਾਕੇ ਦੇ ਵਿੱਚ ਅਸੀਂ ਜਿੰਨੇ ਵੀ ਧਰਮਾਂ ਦੇ ਲੋਕ ਰਹਿ ਰਹੇ ਹਾਂ, ਅਸੀਂ ਇੱਕ ਦੂਸਰੇ ਨਾਲ ਦੁੱਖ ਸੁੱਖ ਦੇ ਭਾਈਵਾਲ ਹਾਂ, ਸਾਡੇ ਵਿੱਚ ਕੋਈ ਵੰਡ ਨਹੀਂ ਆ। ਅਸੀਂ ਇੱਕ ਦੂਸਰੇ ਨੂੰ ਅੱਧੀ ਰਾਤ ਵੀ ਆਵਾਜ਼ ਮਾਰਦੇ ਹਾਂ ਤਾਂ ਸਾਰਾ ਪਰਿਵਾਰ, ਅਸੀਂ ਸਹੀਪੁਰ ਹੋਵੇ, ਸੰਜੇ ਕਲੋਨੀ ਨਹੀਂ ਹੋਵੇ, ਦਾਦਾ ਕਲੋਨੀ ਹੋਵੇ, ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਇਕੱਠੇ ਹੋ ਕੇ ਆਪਣੇ ਉਸ ਮਸਲੇ ਨੂੰ ਹੱਲ ਕਰਦੇ ਹਾਂ। ਸਾਡੇ ਵਿੱਚ ਕੋਈ ਵੰਡ ਵਿਹਾਰ ਨਹੀਂ, ਸਿਰਫ ਤਾਂ ਸਿਰਫ ਸਿਆਸਤ ਲੋਕਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਸੋ ਮੈਂ ਆਈ ਯਾਤਰਾ ਔਰ ਗੁਰੂ ਸਾਹਿਬ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਣਾ ਜਿਹੜਾ ਮਾਰਚ ਆ, ਜਾਤ ਤੋੜੋ ਸਮਾਜ ਜੋੜੋ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਾਹਿਬ ਜੀ ਦਾ ਇੱਕ ਸਾਨੂੰ ਮੈਸੇਜ ਹੈ ਕਿ ਜਿਹੜੇ ਲੋਕ ਆਪਣੀ ਜਾਤ ਦਾ ਪ੍ਰਚਾਰ ਕਰਦੇ ਨੇ ਉਹ ਗੁਲਾਮੀ ਨੂੰ ਹੋਰ ਪੱਕਾ ਕਰਦੇ ਨੇ। ਜੇ ਕਿਸੇ ਨੇ ਕੁਛ ਸਿੱਖਣਾ ਹੋਵੇ ਤੇ ਆਪਣੇ ਰਹਿਬਰਾਂ ਦੇ ਇੱਕ ਸਿਧਾਂਤ ਤੋਂ ਹੀ ਸਿੱਖਿਆ ਜਾ ਸਕਦਾ ਹੈ। ਅਸੀਂ ਉਹ ਮੈਸੇਜ ਨੂੰ ਲੈ ਕੇ ਸਮਾਜ ਵਿੱਚ ਚੱਲੇ ਹਾਂ, ਜਿਹੜਾ 35 ਮਹਾਂਪੁਰਖਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਹੈ, ਏਕ ਪਿਤਾ ਏਕ ਸਕੇ ਹਮ ਵਾਰਿਕ। ਬਹੁਤਾ ਔਖਾ ਨਹੀਂ ਹੈ ਸਮਝਣਾ, ਪਰ ਅਸੀਂ ਉਲਝ ਚੁੱਕੇ ਹਾਂ, ਅਸੀਂ ਉਸ ਉਲਝਣ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਭਾਵੇਂ ਅੱਜ ਗਿਣਤੀ ਸਾਡੀ ਥੋੜ੍ਹੀ ਹੈ, ਪਰ ਅਸੀਂ ਗਿਣਤੀਆਂ ਮਿਣਤੀਆਂ 'ਚ ਕਦੇ ਪੈਂਦੇ ਨਹੀਂ। ਜਦੋਂ ਵੀ ਕੋਈ ਲਹਿਰ ਉੱਠੀ ਹੈ ਤਾਂ ਪੰਜਾਬ ਦੀ ਧਰਤੀ ਤੋਂ ਉੱਠੀ ਹੈ। ਇਹ ਸਾਨੂੰ ਮਾਣ ਹੈ ਕਿ ਇਸ ਧਰਤੀ ਨੇ ਐਸੇ ਸੂਰਵੀਰ ਯੋਧਿਆਂ ਨੂੰ ਜਨਮ ਦਿੱਤਾ ਹੈ। ਅਸੀਂ ਸਮਾਜ ਦੇ ਵਿੱਚ ਫੈਲਿਆ ਇਹ ਜਾਤੀ ਦਾ ਕੋਹੜ ਜਿਹੜਾ ਆਪਣੇ ਮੋਢਿਆਂ 'ਤੇ ਆਪਣੇ ਸਿਰ 'ਤੇ ਲੈ ਕੇ ਚੱਲੇ ਹਾਂ। ਸਿੱਖ ਜਿਹੜਾ ਉਹਦੀ ਕੋਈ ਜਾਤ ਨਹੀਂ ਹੈ, ਔਰ ਜਿਹਦੀ ਜਾਤ ਹੈ ਉਹ ਸਿੱਖ ਨਹੀਂ ਹੈ। ਜਾਤ ਜਾਂ ਸਿੱਖ, ਆਪਾਂ ਦੋਹਾਂ 'ਚੋਂ ਇੱਕ ਚੁਣਨਾ ਹੈ। ਅਸੀਂ ਇਹ ਮੈਸੇਜ ਸਾਡੀ ਜਿਹੜੀ ਸੁਪਰੀਮ ਅਕਾਲ ਤਖ਼ਤ ਉੱਥੋਂ ਹੁਕਮਨਾਮਾ ਜਾਰੀ ਕਰਾਉਣ ਦੀ ਨਹੀਂ, ਲਾਗੂ ਕਰਨ ਦੀ ਕੋਸ਼ਿਸ਼ ਲਈ ਇਹ ਜੋ ਚੇਤਨਾ ਮਾਰਚ ਇੱਕ ਲਹਿਰ ਸ਼ੁਰੂ ਕਰ ਰਹੇ ਹਾਂ। ਭਾਰਤੀ ਮੁਕਤੀ ਮੋਰਚਾ ਇੱਕ ਅਜਿਹੀ ਲਹਿਰ ਹੈ, ਅਸੀਂ ਇਹਨਾਂ ਲਹਿਰਾਂ ਨੂੰ ਇਕੱਤਰਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜਿਹੜੇ ਜਿਨ੍ਹਾਂ ਨੇ ਸਾਨੂੰ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਕਿ ਆਜ਼ਾਦੀ ਵੱਲ ਚੱਲਣ ਨੂੰ ਕਿਹਾ ਹੈ,
ਉਹੀ ਮੈਸੇਜ ਤਥਾਗਤ ਬੁੱਧ ਸਾਹਿਬ ਨੇ ਦਿੱਤਾ, ਉਹੀ ਮੈਸੇਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਹੇ ਨੇ। ਅੱਜ ਸਾਨੂੰ ਇਕੱਤਰਿਤ ਹੋਣ ਦੀ ਲੋੜ ਹੈ, ਪਾਰਟੀਆਂ ਤੇ ਜਥੇਬੰਦੀਆਂ ਤੋਂ ਉੱਪਰ ਉੱਠੀਏ, ਆਪਾਂ ਇੱਕ ਅਜਿਹੀ ਸੋਚ ਖੜੀ ਕਰੀਏ, ਅਸੀਂ ਔਰ ਉਹ ਮੈਸੇਜ ਸਮਾਜ ਵਿੱਚ ਲੈ ਕੇ ਜਾਈਏ, ਅਸੀਂ ਗਰਜਾਂ ਨਾਲ ਨਾ ਜੁੜੀਏ, ਅਸੀਂ ਆਪਣਾ ਫਰਜ਼ ਪਛਾਣੀਏ। ਉਹਨਾਂ ਨੇ ਸਾਡੇ ਨੇ ਕੁਰਬਾਨੀ ਕੀਤੀ, ਅੱਜ ਅਜਿਹਾ ਸਿਧਾਂਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਡੇ ਕੋਲ ਵਿਰਾਜਮਾਨ ਹੈ। ਅਸੀਂ ਗੁਰੂ ਸਾਹਿਬ ਤੋਂ ਪੁੱਛਦੇ ਹਾਂ, ਉਹ ਖੁਦ ਕਹਿੰਦੇ ਨੇ ਜਿੱਥੇ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੀ ਵਿਚਾਰ। ਗੁਰੂ ਸਾਹਿਬ ਖੁਦ ਕਹਿ ਰਹੇ ਨੇ ਅਸੀਂ ਵਿਚਾਰ ਤੋਂ ਟੁੱਟੇ ਹੋਏ ਹਾਂ। ਗੁਰਬਾਣੀ ਜਿਹੜੀ ਹੈ ਉਹ ਇੱਕ ਸਿਧਾਂਤ ਹੈ, ਤੇ ਜਿਨ੍ਹਾਂ ਨੇ ਸਿਧਾਂਤ ਨੂੰ ਸਮਝਿਆ ਉਹਨਾਂ ਨੇ ਲਹਿਰਾਂ ਖੜੀਆਂ ਕਰ ਦਿੱਤੀਆਂ। ਮੈਂ ਹੋਰ ਹਰ ਇੱਕ ਸਰੀਰ ਦਾ ਸਤਿਕਾਰ ਕਰਦਾ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਆਪਣਾ ਮੈਨੋਫੈਸਟੋ ਕਿਹਾ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਇੱਕ ਅਜਿਹਾ ਸਿਧਾਂਤ ਕਿਹਾ ਜਿਹੜਾ ਸਮੁੱਚੀ ਮਾਨਵਤਾ ਦੇ ਲਈ ਹੈ। ਇਹ ਵੰਡ ਵਖਰੇਵੇ ਕਿਹਨੇ ਪਾਏ ਆ? ਉਹ ਮਨੁਵਾਦੀ ਸੋਚ ਨੇ, ਉਹਦਾ ਕੋਈ ਰੂਪ ਨਹੀਂ ਹੈ, ਉਹ ਕਿਸੇ ਰੂਪ ਚ ਵੀ ਹੋ ਸਕਦਾ। ਇਸ ਕਰਕੇ ਦਾਸ ਹਰ ਵੀਰ ਚਾਹੇ ਕੋਈ ਵੀ ਆਪਣੇ ਆਪ ਨੂੰ ਕਿਸੇ ਸੰਸਥਾ ਨਾਲ ਜੁੜਿਆ ਮਹਿਸੂਸ ਕਰਦਾ ਹੈ, ਆਪਾਂ ਇਹਨਾਂ ਚੀਜ਼ਾਂ ਨੂੰ ਉੱਪਰ ਉੱਠ ਕੇ, ਚਾਹੇ ਕੋਈ ਅੰਬੇਡਕਰੀ ਵੀਰ ਹੈ, ਚਾਹੇ ਕੋਈ ਬੁੱਧਿਸਟ ਹੈ, ਜਦ ਸਾਡੀ ਵਿਚਾਰਧਾਰਾ ਇੱਕ ਹੈ, ਰਸਤੇ ਵੱਖਰੇ ਵੱਖਰੇ ਹੋ ਸਕਦੇ ਨੇ, ਸਾਡਾ ਮਕਸਦ ਇੱਕ ਹੈ। ਆਓ ਅਸੀਂ ਉਸ ਮਕਸਦ ਨੂੰ ਆਪਣੇ ਲੋਕਾਂ ਵਿੱਚ ਲੈ ਕੇ ਜਾਈਏ। ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਇਹ ਪਾੜੇ ਤੇ ਰਾਜ ਕਰੋ ਵਾਲੀ ਨੀਤੀ ਅਪਣਾਉਂਦੀਆਂ ਨੇ, ਤੇ ਸਾਡੇ ਰਹਿਬਰਾਂ ਨੇ ਸਾਨੂੰ ਜੋੜਨ ਦੀ ਕੋਸ਼ਿਸ਼ ਕੀਤੀ ਆ। ਵੀਰੋ ਮੈਂ ਬੇਨਤੀ ਕਰਦਾ ਇੱਥੇ ਜਿੰਨੀਆਂ ਵੀ ਮਾਤਾ ਮਾਂ ਭੈਣਾਂ ਬੱਚੇ ਸਰੀਰ ਨੇ, ਆਪਾਂ ਇੱਕ ਪ੍ਰਣ ਕਰਕੇ ਜਾਈਏ ਕਿ ਅੱਜ ਤੋਂ ਅਸੀਂ ਆਪਣੀ ਯਾਦ ਖਤਮ ਕਰਦੇ ਹਾਂ। ਜੇ ਅਸੀਂ ਆਪਣੀ ਯਾਦ ਖਤਮ ਕਰਾਂਗੇ ਤਦੇ ਅਸੀਂ ਕਿਸੇ ਨੂੰ ਉਪਦੇਸ਼ ਦੇ ਸਕਦੇ ਹਾਂ, ਤਦੇ ਕਿਸੇ ਦੂਸਰੇ ਦੀ ਜਾਤ ਨੂੰ ਕਹਿ ਸਕਦੇ ਹਾਂ। ਜੇ ਆਪਣੀ ਜਾਤ ਨੂੰ ਅਸੀਂ ਨਹੀਂ ਖਤਮ ਕਰਦੇ ਤਾਂ ਅਸੀਂ ਕਿਸੇ ਦੀ ਜਾਤ ਨੂੰ ਖਤਮ ਨਹੀਂ ਕਰ ਸਕਦੇ। ਇਸ ਕਰਕੇ ਵੀਰੋ ਵਿਚਾਰਵਾਨ ਬਣੀਏ, ਆਪਣੇ ਰਹਿਬਰਾਂ ਦਾ ਉਹ ਸੁਨੇਹਾ ਆਪਾਂ ਘਰ ਘਰ ਲਿਜਾਈਏ। ਮੈਂ ਸਮੁੱਚੀ ਸੰਗਤ ਆ ਜਿਨ੍ਹਾਂ ਨੇ ਵੀ ਇਹ ਪ੍ਰਬੰਧ ਕੀਤਾ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਪ੍ਰੋਗਰਾਮ ਬੜੇ ਲਿਖੇ ਜਾਂਦੇ ਨੇ ਪਰ ਲਹਿਰਾਂ ਜਿਹੜੀਆਂ ਹੁੰਦੀਆਂ ਨੇ ਕਦੇ ਲਿਖੀਆਂ ਨਹੀਂ ਜਾਂਦੀਆਂ, ਇਹ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ, ਸਮਾਪਤ ਨਹੀਂ ਹੁੰਦੀਆਂ ਜਿੰਨਾ ਚਿਰ ਆਪਣਾ ਮਿਸ਼ਨ ਹਾਸਲ ਨਾ ਕਰ ਲੈਣ। ਅਸੀਂ ਉਹ ਮਿਸ਼ਨ ਨੂੰ ਹਾਸਲ ਕਰਨ ਲਈ ਤਨ ਮਨ ਧਨ ਦੇ ਨਾਲ ਤੁਰੇ ਹੋਏ ਹਾਂ। ਸਾਨੂੰ ਸਹਿਯੋਗ ਚਾਹੀਦਾ ਆਪਣੇ ਲੋਕਾਂ ਦਾ, ਕਿਸੇ ਪੂੰਜੀਵਾਦ ਦਾ ਨਹੀਂ। ਇਸ ਕਰਕੇ ਵੀਰੋ ਸਾਡੇ ਗੁਰੂ ਦਾ ਥਾਟ ਸੰਗਤ ਔਰ ਪੰਗਤ ਜਾਤ ਨੂੰ ਖਤਮ ਕਰਨ ਲਈ ਸੀ। ਸਰੋਵਰਾਂ ਦਾ ਥਾਟ ਉਸ ਕੋਰ ਨੂੰ ਖਤਮ ਕਰਨ ਲਈ ਸੀ ਜਿਹੜਾ ਕੋਰ ਸਾਡੇ ਅੰਦਰ ਚੱਲਦਾ ਹੈ ਕਿ ਇੱਕ ਥਾਂ ਇਸ਼ਨਾਨ ਕਰਨਗੇ ਤਾਂ ਇਹਨਾਂ ਦੋਰੋਂ ਜਾਤ ਖਤਮ ਹੋਊਗੀ। ਬਾਬਾ ਸਾਹਿਬ ਨੂੰ ਰੋਕਿਆ ਗਿਆ ਤਾਂ ਉਹਨਾਂ ਨੇ ਆਵਾਜ਼ ਉਠਾਈ, ਸਿਰਫ ਜੈ ਭੀਮ ਜੈ ਭਾਰਤ ਕਰਨ ਨਾਲ ਗੱਲ ਨਹੀਂ ਬਣਦੀ ਹੁੰਦੀ। ਸਾਡੇ ਵੀ ਅਨੇਕਾਂ ਸਿੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ, ਮੈਨੂੰ ਦੱਸਣ ਕਿੱਥੇ ਵਾਹਿਗੁਰੂ ਦੀ ਫਤਿਹ ਕੀਤੀ ਹੈ ਤੇ ਕਿੱਥੇ ਵਾਹਿਗੁਰੂ ਜੀ ਦਾ ਖਾਲਸਾ ਰਹਿ ਚੁੱਕਾ ਹੈ। ਸੰਪਰਦਾਵਾਂ ਸੰਸਥਾਵਾਂ 'ਚ ਵੰਡੇ ਹੋਏ ਲੋ, ਅੱਜ ਅਸੀਂ ਦੱਸ ਰਹੇ ਹਾਂ ਅਸੀਂ ਫਲਾਨੇ ਸਿੱਖ ਵਾਂ, ਅਸੀਂ ਫਲਾਨੇ ਸਿੱਖ ਵਾਂ, ਉਹ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਸੀ। ਅਸੀਂ ਇਹਦੀਆਂ ਸਿੱਖਿਆਵਾਂ ਦੇ ਧਾਰਨਾ ਸਿੱਖੀ ਸਿੱਖਿਆ ਗੁਰ ਵਿਚਾਰ, ਇਹ ਮੇਰੇ ਗੁਰੂ ਦਾ ਥਾਟ ਹੈ। ਇਹ ਕੋਈ ਔਖਾ ਕੰਮ ਨਹੀਂ ਹੈ, ਗੱਲ ਸਮਝਣ ਦੀ ਹੈ। ਅਸੀਂ ਉਸ ਵਿਚਾਰਧਾਰਾ ਨੂੰ ਲੈ ਕੇ ਚੱਲੇ ਹਾਂ ਜਿਹੜੀ ਵਿਚਾਰਧਾਰਾ ਕਲਗੀ ਧਰ ਪਾਤਸ਼ਾਹ ਨੇ 1699 ਦੇ ਵਿੱਚ ਵੱਖਰੀਆਂ ਵੱਖਰੀਆਂ ਕਾਸਟਾਂ ਦੇ ਵਿੱਚੋਂ ਪੰਜ ਸਰੀਰ ਸਾਂਝੇ
ਖੰਡੇ ਵਾਟੇ ਦੀ ਪਹੁੰਚ ਚੁਕਾਉਣ ਦਾ ਮਕਸਦ ਇਹ ਸੀ ਕਿ ਅੰਦਰੋਂ ਝੂਠ ਖਤਮ ਹੋ ਜਾਵੇ, ਅੰਦਰੋਂ ਜਾਤ ਦਾ ਕੋਰ ਖਤਮ ਹੋ ਜਾਵੇ, ਸਿੰਘ ਕੌਰ ਔਰ ਖਾਲਸਾ ਇਹ ਕਦੇ ਕਿਸੇ ਨੇ ਸਮਝਿਆ ਨਹੀਂ ਹੈ, ਨਾ ਕਿਸੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸਿੱਖੀ ਕਿਸੇ ਦੇ ਅਧੀਨ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਨਿੱਜੀ ਪ੍ਰਾਪਤੀ ਨਹੀਂ ਹੈ ਕਿਸੇ ਦੀ। ਕੋਈ ਮਤ ਸਮਝੋ ਕਿ ਸਾਨੂੰ ਸਿੱਖੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਜਾਂ ਅਸੀਂ ਸਿੱਖੀ ਤੋਂ ਮੁਨਕਰ ਹੋ ਗਏ ਹਾਂ। ਸਿੱਖੀ ਹੈਗੇ ਸਿੱਖਣ ਦਾ ਨਾਂ ਆ, ਜਿਹੜਾ ਸਿੱਖਣਾ ਚਾਹੁੰਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਖ ਕੇ ਆਪਣਾ ਮਿਸ਼ਨ ਲੈ ਕੇ ਚੱਲੇ। ਇਸ ਕਰਕੇ ਦਾਸਤੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਸਮਾਂ ਬਹੁਤ ਸੀਮਤ ਹੈ, ਅਸੀਂ ਅਕਾਲ ਤਖ਼ਤ ਸਾਹਿਬ ਤੱਕ ਪਹੁੰਚਣਾ ਹੈ। ਮੈਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਆਏ ਹੋਏ ਸਰੀਰਾਂ ਦਾ, ਸਾਰਿਆਂ ਦਾ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਚੇਤਨਾ ਮਾਰਚ ਵੀਰ ਸੁੱਖਾ ਜੀ ਨੇ, ਵੀਰ ਰਾਣਾ ਜੀ ਨੇ ਦੱਸ ਹੀ ਦਿੱਤਾ ਹੈ ਕਿ ਇਹ 1699 'ਚ ਜਿਹੜੀਆਂ ਚਿੜੀਆਂ ਸਹਿਤੇ ਕਮਾਲ ਕਲਗੀ ਪਾਤਸ਼ਾਹ ਨੇ ਤਿਆਰ ਕੀਤੀਆਂ ਸੀ, ਅੱਜ ਉਹਨਾਂ ਨੇ ਫਿਰ ਅਡਾਰੀ ਭਰੀ ਹੈ ਸ਼੍ਰੀ ਕੇਸਗੜ੍ਹ ਸਾਹਿਬ ਤੋਂ। ਇਹਦੀ ਜ਼ਰੂਰਤ ਫਿਰ ਕਿਉਂ ਪਈ ਹੈ, ਉਹਦਾ ਕੀ ਕਾਰਨ ਹੋਇਆ? ਇਹ ਜਿਹੜਾ ਜਾਤ ਤੋੜੋ ਸਮਾਜ ਜੋੜੋ ਏਕ ਪਿਤਾ ਏਕ ਕਿਹਾ ਵਾਰਕ ਦਾ ਮੈਸੇਜ ਲੈ ਕੇ ਜਿਹੜਾ ਕੇਸਗੜ੍ਹ ਸਾਹਿਬ ਦੀ ਧਰਤੀ ਤੋਂ ਚੱਲੇ ਹੈ, ਗੁਰੂ ਸਾਹਿਬ ਨੇ ਇਸ ਦੱਬੇ ਪਿਛਲੇ ਲੋਕਾਂ ਦੀ ਗੱਲ ਕੀਤੀ ਆ। ਉਹਨੇ ਕਿਹਾ ਇਨਹੀ ਦੀ ਕਿਰਪਾ ਸੇ ਸਦੇ ਹਮ ਹੈ ਮੋਸੇ ਗਰੀਬ ਕਰੋੜ ਭਰੇ। ਪਰ ਅੱਜ ਜਿਹਨਾਂ ਨੇ ਸਿੱਖੀ ਤੇ ਕਬਜ਼ਾ ਕਰ ਰੱਖਿਆ, ਸਿੱਖੀ ਦੇ ਠੇਕੇਦਾਰ ਬਣ ਕੇ ਬੈਠੇ ਆ, ਉਹ ਇਹਨਾਂ ਚਿੜੀਆਂ ਨੂੰ ਦੁਬਾਰਾ ਫੇਰ ਲਤਾੜਨ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਮੈਨੂੰ ਬਾਅਦ ਦੁਬਾਰਾ ਫੇਰ ਜਿਹੜਾ ਇਹ ਸਿੱਖ ਇਜ਼ਮ ਦੇ ਵਿੱਚ ਵੜ ਕੇ ਹੈਵੀ ਹੋ ਚੁੱਕਾ ਉਹਨਾਂ ਤੇ। ਇਹਦੇ ਕੀ ਕਾਰਨ ਨੇ? ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਇੱਕ ਹੈ, ਗੁਰੂ ਗ੍ਰੰਥ ਸਾਹਿਬ ਬੇਨਤੀ ਮਹਾਂਪੁਰਸ਼ਾਂ ਦਾ ਦਿੱਤਾ ਹੋਇਆ ਸੰਵਿਧਾਨ ਹੈ, ਦਿੱਤਾ ਹੋਇਆ ਸਿਧਾਂਤ ਹੈ, ਤੇ ਫਿਰ ਉਹਨੂੰ ਲੱਖ ਲੱਖ ਕਿਉਂ ਵੰਡਿਆ ਹੋਇਆ? ਆਹ ਜੱਟਾਂ ਦਾ ਗੁਰਦੁਆਰਾ, ਆਹ ਰਾਮਗੜੀਆਂ ਦਾ ਗੁਰਦੁਆਰਾ, ਆਹ ਮਜ਼੍ਹਬੀਆਂ ਦਾ ਗੁਰਦੁਆਰਾ, ਆਹ ਰਵਿਦਾਸੀਆਂ ਦਾ ਗੁਰਦੁਆਰਾ ਕਿਉਂ? ਤੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਹੈ, ਫਿਰ ਜਿਹਾ ਕਿਉਂ ਹੈ? ਸ਼ਮਸ਼ਾਨ ਘਾਟ ਕਿਉਂ ਲੱਗ ਲੱਗ ਗਿਆ? ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ, ਮੈਂ ਇੱਕ ਦੋ ਉਦਾਹਰਨਾਂ ਦੇਣੀਆਂ ਚਾਹੁੰਦਾ। ਤੁਹਾਡੇ ਇਲਾਕੇ ਇੱਕ ਨਕੋਤਰ ਪਿੰਡ ਹੈ, ਉੱਥੇ ਇੱਕ ਬਾਜੀਗਰ ਪਰਿਵਾਰ ਦੇ ਵਿੱਚੋਂ ਜਿਹੜਾ ਅਖੌਤੀ ਜਾਤਾਂ ਦਿੱਤੀਆਂ ਮੈਨੂੰ ਨੇ 1743 ਜਾਤਾਂ, ਉਹਨਾਂ ਚੋਂ ਇੱਕ ਬੀਬੀ ਦੀ ਮੌਤ ਹੋ ਗਈ, ਤਾਂ ਉੱਥੇ ਦਾ ਜੱਟ ਪਰਿਵਾਰ ਨੇ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਉਹ ਸੰਸਕਾਰ ਨਹੀਂ ਕਰ ਦਿੱਤਾ, ਤੇ ਉਹਨਾਂ ਨੇ ਮਜਬੂਰ ਹੋ ਕੇ ਜਦੋਂ ਸੜਕ ਦੇ ਵਿੱਚ ਜਗ੍ਹਾ ਤਿਆਰ ਕਰਨੀ ਸ਼ੁਰੂ ਕੀਤੀ, ਤਾਂ ਉਹਨਾਂ ਨੂੰ ਮਤਲਬ ਉੱਥੇ ਇੱਕ ਜ਼ਿਮੀਦਾਰ ਸੀਗਾ, ਚਲੋ ਗੁਰੂ ਦੇ ਸਿੱਖ ਵੀ ਬਹੁਤ ਨੇ ਲਗੀਨਾ ਬਹੁਤ ਵਾਲੇ, ਉਹਨਾਂ ਨੇ 10 ਮਰਲੇ ਜਗ੍ਹਾ ਦਿੱਤੀ। ਇਸੇ ਤਰ੍ਹਾਂ ਤਰਨਤਾਰਨ ਦੀ ਘਟਨਾ, ਇੱਕ ਜਗਿੰਦਰ ਸਿੰਘ ਨਾਂ ਦਾ ਸਿੱਖ ਗੁਰਪ੍ਰਵਾਰ ਤੋਂ ਬੰਦੇ ਦੀ ਮੌਤ ਹੋ ਗਈ, ਤਾਂ ਇਹ ਇੱਕ ਪਰਿਵਾਰ ਜਿਹੜੇ ਸਿੱਖੀ ਦੇ ਠੇਕੇਦਾਰ, ਉਹਨਾਂ ਨੇ ਉਹ ਗੁਰਦਾ ਸੇਵਾ ਜਿਹੜਾ ਚੁੱਕੇ ਬਾਹਰ ਸਿੱਖ ਦਾ ਅਖਬਾਰਾਂ ਦੇ ਵਿੱਚ ਆਇਆ। ਆਮ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਐਟ੍ਰੋਸਿਟੀ ਹੁੰਦੀ ਆ, ਇੱਕ ਰੋਮੀ ਦਾ ਡੇਰਾ ਬਾਜਾ ਭੁੱਚੋ ਮੰਡੀ, ਉੱਥੇ ਦਾ ਇੱਕ ਸੁੱਖਾ ਸਾਧ ਆ, ਉਸ ਡੇਰੇ ਤੇ ਸਾਡੇ ਪੰਜਾਬ ਦਾ ਜਿਹੜਾ ਸੀਐਮ ਹੈ, ਡਿਪਟੀ ਸੀਐਮ ਹੈ, ਉਹ ਵੀ ਜਾ ਚੁੱਕਾ ਹੈ। ਸ਼੍ਰੋਮਣੀ ਕਮੇਟੀ ਦੇ ਜਿਹੜੇ ਮਤਲਬ ਇਸ ਦੇ ਠੇਕੇਦਾਰ ਨੇ ਉਹ ਵੀ ਉੱਥੇ ਜਾ ਚੁੱਕੇ,
ਪਰ ਕਿਸੇ ਨੇ ਨਹੀਂ ਕਿਹਾ ਵੀ ਆਹ ਲੱਖ 20 ਜਗ੍ਹਾ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਰੱਖਿਆ, ਇਹ ਦੁਕਾਨਦਾਰੀ ਕਿਉਂ ਸ਼ੁਰੂ ਕੀਤੀ ਹੈ? ਉੱਥੇ ਜ਼ਿਮੀਂਦਾਰਾਂ ਦੇ ਭਾਂਡੇ ਲੱਗ ਨੇ, ਮਜ਼ਬੀਆਂ ਦੇ ਲੱਗ ਨੇ, ਕੰਮੀਆਂ ਦੇ ਲੱਗ ਨੇ, ਇਹ ਕਿਉਂ ਹੈ? ਮੇਰੇ ਚੌਥੀ ਪਾਤਸ਼ਾਹ ਨੇ ਤਾਂ ਇਸ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ, ਇਸ ਭਾਵ ਭੇਦਭਾਵ ਨੂੰ ਮੁਕਾਉਣ ਦੀ ਗੱਲ ਕੀਤੀ ਆ। ਅੰਮ੍ਰਿਤ ਇੱਕੋ ਬਾਟੇ ਦੇ ਵਿੱਚ ਛਕਾ ਕੇ ਉਸ ਤੋਂ ਬਾਅਦ ਆਪ ਅੰਮ੍ਰਿਤ ਛਕਿਆ, ਤੇ ਜਦੋਂ ਉਹਨਾਂ ਨੂੰ ਇਹ ਜਨੂਨੀਆਂ ਨੇ ਮਨੁਮਤੀਆਂ ਨੇ ਕਿਹਾ ਕਿ ਤੂੰ ਕੀ ਆ ਕਰਤਾ ਜਿਹੜੀ ਫੌਜ ਨਹੀਂ ਫਿਰਦਾ, ਤੇ ਉਹਨਾਂ ਨੇ ਇਹ ਸ਼ਬਦ ਵਰਤੇ ਸੀ ਜਿਹੜੇ ਮੈਂ ਪਹਿਲਾਂ ਦੁਹਰਾ ਚੁੱਕਾ, ਇਹ ਨਹੀਂ ਕਿ ਕਿਰਪਾ ਤੇ ਸਜੇ ਹਮ ਹੈ ਮੋਟੇ ਗਰੀਬ ਕਰੋੜ ਮਨੁਮਤ ਆਪਣਾ ਘਰ ਕਰ ਚੁੱਕਾ। ਇਹ ਅੱਜ ਦੀ ਗੱਲ ਨਹੀਂ, ਜੈਸਾ 1920 ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਸੰਗਠਨ ਹੋਇਆ, ਕਿਹੜੇ ਉਹ ਦੱਬੇ ਕੁੱਟੇ ਗੁਰੂ ਗੋਬਿੰਦ ਸਿੰਘ ਦੀਆਂ ਕੁੜੀਆਂ ਜਿਹੜੇ ਫੌਜ ਤੋਂ ਬਚ ਕੇ ਆਏ ਸੀ ਕਿਸੇ ਦੂਜੇ ਦਰਦ ਯੁੱਧ ਦੇ ਵਿੱਚੋਂ, ਉਹਨਾਂ ਨੇ ਉੱਥੇ ਆਪਣੀ ਗਰੇਵ ਜਿਹੜੀ ਆ ਉਹ ਕਰੀ ਚਾਹੀ, ਉੱਥੇ ਨਮਸਤਕ ਹੋਣ ਲਈ ਉਹ ਹਰਿਮੰਦਰ ਸਾਹਿਬ ਪਹੁੰਚੇ, ਤੇ ਉੱਥੇ ਬਾਬੇ ਦਾ ਜਿਹੜਾ ਵਜ਼ੀਰ ਸੀ ਉਹ ਬਾਬੇ ਦੀ ਹਜ਼ੂਰੀ ਚੋਟ ਕਰਿਆ, ਤੇ ਉੱਥੇ ਉਹਨਾਂ ਨੇ ਗੁਰਪਤਾ ਕੀਤਾ ਜਿਹੜਾ 1920 ਦਾ ਚੰਗਾ ਵਾਲਾ ਕਾਂਡ ਹੈ ਉਹ ਸਾਨੂੰ ਦੱਸ ਰਿਹਾ। ਭਾਵੇਂ ਉਹਨੂੰ ਹੋਰ ਰੰਗ ਦੇ ਦਿੱਤਾ ਗਿਆ, ਸਿਆਸੀ ਰੰਗ ਦੇ ਦਿੱਤਾ ਗਿਆ, ਵਿਸਾਖੀ ਵਾਲੇ ਦਿਨ ਦੀ ਜਿਹੜੀ ਗੱਲ ਘਟਨਾ ਕਹੀ ਹੈ ਉਹ ਗੁਰੂ ਗੋਬਿੰਦ ਸਿੰਘ ਦੀਆਂ ਕਿਹੜੀਆਂ ਉੱਥੇ ਕਿਹੜੀਆਂ ਹੋਈਆਂ ਸੀ, ਤੇ ਜਿਹੜਾ ਹੈਡਿਕਲ ਚੀਜ਼ ਉਸ ਟਾਈਮ ਤੇ ਅਰੂਣ ਸਿੰਘ ਨਾਂ ਦਾ ਇੱਕ ਜਿਹੜਾ ਭਰਮ ਚੌਧਰੀ ਸੀ, ਅੱਜ ਵੀ ਜਿਹੜਾ ਮੈਂ ਇੱਥੇ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰ ਅੱਜ ਵੀ ਜਿਹੜਾ ਸਿੱਖੀ ਦਾ ਜਿਹੜਾ ਠੇਕੇਦਾਰ ਨਾਂ ਆ ਜਿਹਨੇ ਸੈਂਕੜੇ ਨਹੀਂ ਹਜ਼ਾਰਾਂ ਮੁੰਡੇ ਜਿਹੜੇ ਸ਼ਹੀਦ ਕਰਵਾ ਦਿੱਤੇ ਆ ਉਹਦਾ ਨਾਂਦਾ ਸੀ ਉਹ, ਜਿਹੜੇ ਮਜੀਠੀਏ ਸੁੰਦਰ ਸਿੰਘ ਮਜੀਠੀਆ ਜਿਹਨਾਂ ਨੇ ਕੌਮ ਦੇ ਨਾਲ ਬੱਚਾ ਧੋਖਾ ਕੀਤਾ, ਉਸ ਜਿਹੜਾ ਪਟਵਾਰੀ ਸੀ ਉਹਨੂੰ ਮਤਲਬ ਪਾਰਟੀ ਦਿੱਤੀ ਸੀ ਜਗ੍ਹਾ ਵਾਲੇ ਕਾਂਡ ਤੋਂ ਬਾਅਦ, ਤੇ ਉੱਥੇ ਆਪਣਾ ਮਤਲਬ ਉਹਨਾਂ ਨੇ ਰਾਜ ਦਾ ਤ੍ਰਿਪਤੀ ਭੋਜਨ ਮਿਲਾ ਦਿੱਤਾ ਸੀਗਾ ਸੁੰਦਰ ਸਿੰਘ ਮਜੀਠੀਏ ਨੇ। ਅੱਜ ਕੌਮ ਦੇ ਜਿਹੜੇ ਕਿਰਦਾਰ ਨੇ ਉਹ ਸਿੱਖੀ ਦੇ ਪਾਤਸ਼ਾਹ ਨੇ ਕੀਤੇ ਆ, ਤੇ ਇਹ ਦਰਸ਼ਨ ਜਿਹੜਾ ਮੈਂ ਕੇ ਚੱਲਿਆ ਗੁਰੂ ਗੋਬਿੰਦ ਸਿੰਘ ਦੇ ਕਿਲਿਆ, ਤੇ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਮੁਕਤੀ ਮੋਰਚਾ ਜਿਹੜਾ ਉਹਦਾ ਇੱਕ ਹਿੱਸਾ ਆ, ਇਸ ਲਹਿਰ ਦਾ ਹਿੱਸਾ ਆ, ਤੇ ਮੈਂ ਉਹਨਾਂ ਦਾ ਧਰਤੀ ਕੋਲ ਧੰਨਵਾਦ ਕਰਦਾ ਸਾਥੀਆਂ ਦਾ। ਆਓ ਉਸ ਮਿਸ਼ਨ ਨੂੰ ਬੇਨਤੀ ਮਹਾਂਪੁਰਸ਼ਾਂ ਦੇ ਮਿਸ਼ਨ ਨੂੰ ਬੇਗਮਪੁਰਾ ਖਾਲਸਾ ਰਾਜ ਨੂੰ ਦੁਬਾਰਾ ਕਾਇਮ ਕਰਨ ਦੇ ਲਈ ਆਪਾਂ ਮਤਲਬ ਜਿਹੜਾ ਉਹ ਹਮਲਾ ਮਰ ਗਏ ਤਾਂ ਅਗਲੇ ਸਿੱਖੀ ਦੇ ਵਿੱਚ ਮਨੁਵਰ ਬਣ ਚੁੱਕਾ, ਉਹਨੂੰ ਮਨ ਦੂਰ ਕਰਾਈਏ ਕਿਉਂਕਿ ਸਿੱਖੀ ਸਾਡੀ ਹੈ, ਅਸੀਂ ਸਿਰ ਦੇ ਕੇ ਸਰਦਾਰ ਕਰਨੀ ਆ, ਜਿਹਨਾਂ ਨੇ ਪੰਜਾਬ ਦੇ ਵਿੱਚ ਸਰਦਾਰ ਕਰਨੀ ਆ, ਅੱਜ ਸਿੱਖੀ ਦੇ ਜਿਹੜੇ ਠੇਕੇਦਾਰ ਬਣਕੇ ਬੈਠੇ ਆ ਉਹਨਾਂ ਨੂੰ ਮਦਦ ਭਜਾਇਆ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੰਦੇਸ਼ ਹੈ, ਏਕ ਪਿਤਾ ਏਕਸ ਕੇ ਹਮ ਬਾਰਿਕ, ਸਾਡਾ ਪਿਤਾ ਇੱਕ ਹੈ ਤੇ ਅਸੀਂ ਉਸਦੇ ਧੀਆਂ ਪੁੱਤਰ ਹਾਂ। ਜਦੋਂ ਗੁਰਦੇਵ ਪਿਤਾ ਮਹਾਰਾਜ ਇਹ ਗੱਲ ਕਹਿੰਦੇ ਨੇ ਤੇ ਫਿਰ ਉਸਦੇ ਵਿੱਚ ਸਾਰੀ ਕਾਇਨਾਤ ਆ ਜਾਂਦੀ ਹੈ, ਉਹਦੇ ਵਿੱਚ ਇਕੱਲਾ ਭਾਰਤ ਨਹੀਂ ਆਉਂਦਾ, ਸੰਸਾਰ ਦੇ ਉੱਤੇ ਬ੍ਰਹਿਮੰਡ ਦੇ ਉੱਤੇ ਪੂਰੇ ਯੂਨੀਵਰਸ ਦੇ ਵਿੱਚ ਜੋ ਵੀ ਇਨਸਾਨ ਪੈਦਾ ਹੁੰਦਾ ਹੈ ਸਤਿਗੁਰ ਦੇ ਪਿਤਾ ਮਹਾਰਾਜ ਕਹਿੰਦੇ ਨੇ ਇੱਕੋ ਪਿਤਾ ਹੈ ਤੇ ਅਸੀਂ ਉਸਦੇ ਧੀਆਂ ਪੁੱਤਰ ਹਾਂ।
ਪਰ ਮੈਂ ਬੇਨਤੀ ਕਰਦਾ ਵਾਂ ਜਿਵੇਂ ਕਾਦਮ ਨੇ ਆਖਿਆ ਕਿ ਜਿਨ੍ਹਾਂ ਨੂੰ ਅਸੀਂ ਆਪਣਾ ਗੁਰੂ ਤੇ ਰਹਿਬਰ ਮੰਨਦੇ ਹਾਂ ਉਹਨਾਂ ਦੀ ਗੱਲ ਵੀ ਮੰਨੀ ਹੈ, ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਨ ਲਾਓ। ਇਕੱਲੀ ਗੱਲ ਸੁਣ ਕੇ ਚਲੇ ਗਏ, ਗਾ ਕੇ ਚਲੇ ਗਏ, ਨਮਸਕਾਰ ਕਰਕੇ ਚਲੇ ਗਏ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸਿਰ ਝੁਕਾਉਂਦੇ ਆ, ਪਰ ਐਸੇ ਕੌਣ ਨੇ ਜਿਹੜੇ ਅਜੇ ਵੀ ਆਪਣੇ ਨਾਮ ਦੇ ਨਾਲ ਜਾਤ ਲਗਵਾਉਂਦੇ ਨੇ? ਉਹ ਕੌਣ ਨੇ? ਉਹ ਇਕੱਲੇ ਬ੍ਰਾਹਮਣ ਤੇ ਨਹੀਂ, ਉਹ ਤੇ ਸਿੱਖ ਨੇ, ਉਹਨਾਂ ਦੇ ਗਾਗਰੇ ਵੀ ਪਾਏ ਹੋਏ ਨੇ, ਉਹਨਾਂ ਦੇ ਸਿਰ ਤੇ ਪੱਗਾਂ ਵੀ ਬੰਨੀਆਂ ਹੋਈਆਂ ਨੇ, ਦਾੜੇ ਵੀ ਬੜੇ ਸੋਹਣੇ ਪ੍ਰਕਾਸ਼ ਮਾਰਦੇ। ਪਰ ਜਦੋਂ ਆਪਣੀ ਧੀ ਜਾਂ ਬੇਟੀ ਦੇ ਲਈ, ਆਪਣੇ ਬੇਟੇ ਦੇ ਲਈ ਰਿਸ਼ਤਾ ਕਰਨ ਚਾਹੁੰਦੇ ਨੇ, ਕਹਿੰਦੇ ਨੇ ਸਾਡੀ ਜਾਤ ਦੇ ਵਿੱਚੋਂ ਮਿਲ ਜਾਏ। ਕਿਉਂ? ਉਸ ਵੇਲੇ ਅਕਾਲ ਤਖਤ ਦੀ ਰਹਿਤ ਮਰਿਆਦਾ ਯਾਦ ਕਿਉਂ ਨਹੀਂ ਰਹਿੰਦੀ? ਉਸ ਵੇਲੇ ਆਨੰਦ ਸੰਸਕਾਰ ਯਾਦ ਕਿਉਂ ਨਹੀਂ ਰਹਿੰਦਾ? ਕਿ ਉੱਥੇ ਤੇ ਇਹ ਗੱਲ ਕੀ ਹੈ ਕਿ ਸਿੱਖ ਆਪਣੇ ਧੀ ਦੇ ਪੁੱਤਰ ਦਾ ਵਿਆਹ ਸਿੱਖ ਦੇ ਘਰ ਵਿਖੇ, ਸਿੱਖ ਦਾ ਫਰਜ਼ ਬਣਦਾ ਕਿ ਆਪਣੇ ਧੀ ਪੁੱਤਰ ਦਾ ਵਿਆਹ ਸਿੱਖ ਦੇ ਹੀ ਘਰ ਕਰੇ। ਇਹ ਤਾਂ ਨਹੀਂ ਲਿਖਿਆ ਕਿ ਜੱਟ ਜੱਟ ਦੇ ਘਰ ਕਰੇ, ਤਰਖਾਣ ਤਰਖਾਣ ਦੇ ਘਰ ਵਿਖੇ, ਛੀਂਬਾ ਛੀਂਬੇ ਦੇ ਘਰ ਕਰੇ। ਕਿੱਥੇ ਲਿਖਿਆ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਦੇ ਵਿੱਚ? ਤੇ ਲਾਅ ਆਫ ਕੰਸਟੀਟਿਊਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਸੰਵਿਧਾਨ, ਡਾਕਟਰ ਭੀਮਰਾਓ ਅੰਬੇਡਕਰ ਨੇ ਬਣਾਇਆ ਹੈ। ਜੇ ਉਸ ਲਾਅ ਨੂੰ ਅਸੀਂ ਤੋੜਦੇ ਹਾਂ ਤੇ ਸਾਨੂੰ ਹੱਥ ਘੜੀਆਂ ਪੈ ਜਾਂਦੀਆਂ ਨੇ, ਸਾਨੂੰ ਜੇਲ੍ਹ ਵਿੱਚ ਡੱਕਿਆ ਜਾਂਦਾ ਹੈ, ਸਾਨੂੰ ਜੇਲ੍ਹ ਦੇ ਵਿੱਚ ਤਾੜਿਆ ਜਾਂਦਾ ਹੈ। ਅਕਾਲ ਤਖ਼ਤ ਉਹ ਸਾਡਾ ਤਖ਼ਤ ਹੈ, ਉੱਥੇ ਬਣੀ ਉਹ ਲਾਅ ਆਫ ਕੰਸਟੀਟਿਊਸ਼ਨ ਜਿਸ ਨੂੰ ਅਸੀਂ ਰਹਿਤ ਮਰਿਆਦਾ ਕਹਿੰਦੇ ਹਾਂ ਉਹ ਸਾਡੀ ਆ, ਤੇ ਜਦੋਂ ਅਸੀਂ ਉਹਨੂੰ ਤੋੜਦੇ ਹਾਂ ਸਾਡੇ ਕੋਲ ਹੱਥ ਘੜੀਆਂ ਨਹੀਂ ਪੈਂਦੀਆਂ। ਬੇਨਤੀ ਇਹ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਬਦਲਣਾ ਹੀ ਨਹੀਂ ਚਾਹੁੰਦੇ, ਅਸੀਂ ਬਦਲੇ ਹੀ ਨਹੀਂ ਆ, ਤੇ ਫਿਰ ਸਾਨੂੰ ਬਾਹਰੋਂ ਦੁਸ਼ਮਣ ਦੀ ਲੋੜ ਨਹੀਂ, ਦੁਸ਼ਮਣ ਅਸੀਂ ਆਪ ਹੀ ਬਣੇ ਹੋਏ ਆ। ਸਿੱਖ ਸਿੱਖ ਦਾ ਦੁਸ਼ਮਣ ਬਣਿਆ ਹੋਇਆ ਹੈ, ਸਿੱਖ ਸਿੱਖੀ ਦਾ ਦੁਸ਼ਮਣ ਬਣਿਆ ਹੋਇਆ ਹੈ। ਗੁਰੂ ਨਾਨਕ ਦੀਆਂ ਜੜ੍ਹਾਂ ਦੇ ਵਿੱਚ ਤੇਲ ਕੋਈ ਹੋਰ ਨਹੀਂ ਪਾ ਰਿਹਾ, ਆਪ ਸਿੱਖ ਪਾ ਰਿਹਾ, ਹੋਰ ਕਿਸੇ ਦੀ ਔਕਾਤ ਨਹੀਂ ਹੈ। ਅਸੀਂ ਸੱਚ ਦੀ ਗੱਲ ਕਰਦਾ ਸੀ, ਸਾਰਿਆਂ ਨੂੰ ਇੱਕ ਗੋਡ ਤੇ ਉਸ ਦੇ ਬੇਟੇ ਦੀ ਗੱਲ ਸਮਝਾ ਰਿਹਾ ਸੀ ਕਿ ਅਸੀਂ ਉਸਦੇ ਧੀਆਂ ਪੁੱਤਰ ਹਾਂ। ਉਹਦੇ ਵਿੱਚ ਦੱਸ ਦਿੱਤਾ ਕਿ ਜੀਸਸ ਕ੍ਰਾਈਸਟ ਕੌਣ ਹੈ। ਪਰ ਉਹ ਕਹਿੰਦੇ ਜਦੋਂ ਮੈਂ ਸਿੱਖਾਂ ਦਾ ਇਤਿਹਾਸ ਪੜ੍ਹਦਾ ਵਾਂ, ਸਿੱਖਾਂ ਦੇ ਇੱਕ ਇੱਕ ਇਤਿਹਾਸ ਦੇ ਇੱਕ ਇੱਕ ਪੰਨੇ ਦੇ ਤਵਾਰੀਖ ਦੇ ਇੱਕ ਇੱਕ ਅੱਖਰ ਦੇ ਵਿੱਚ ਪਿਓ ਦੇ, ਤੁਸੀਂ ਗੁਰੂ ਨਾਨਕ ਦੇ ਨਲਾਇਕ ਪੁੱਤਰ ਹੋ, ਜੋ ਦੁਨੀਆਂ ਨੂੰ ਦੱਸ ਹੀ ਨਹੀਂ ਸਕੇ ਕਿ ਇੱਕ ਇੱਕ ਪੰਨੇ ਦੇ ਉੱਤੇ ਸੌ ਸੌ ਜੀਸਸ ਕ੍ਰਾਈਸਟ ਖੜ੍ਹਾ। ਔਰ ਆਖੀਰ ਵਿੱਚ ਬੇਨਤੀ ਕਰ ਦਵਾਂ, ਉਸ ਦਾ ਕਾਰਨ ਕੀ ਹੈ? ਉਸ ਦਾ ਉਹ ਕਹੇਗਾ ਮੈਂ ਫਲਾਣੀ ਸੰਪਰਦਾ ਤੋਂ ਹਾਂ, ਕਿਸੇ ਨੂੰ ਪੁੱਛੋ ਕਹੇਗਾ ਮੈਂ ਫਲਾਣੀ ਟਕਸਾਲ ਤੋਂ ਪੜਿਆ ਹਾਂ, ਕੋਈ ਇਹ ਨਹੀਂ ਕਹੇਗਾ ਕਿ ਮੈਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ। ਜੇ ਕੋਈ ਮਿਲ ਜਾਵੇ ਫਲਸਫੇ ਨੂੰ ਜੋ ਨਹੀਂ ਪਹਿਚਾਣਦਾ, ਇਤਿਹਾਸ ਦੇ ਵਿੱਚੋਂ ਉਹ ਕੂਮਾ ਮਿਟ ਜਾਇਆ ਕਰਦੀਆਂ ਨੇ। ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਸਾਰਿਆਂ ਦੇ ਲਈ ਸਾਂਝਾ ਸੀ, ਪਰ ਇਹ ਸਾਂਝਾ ਤਾਂ ਰਹੇਗਾ ਜੇ ਅਸੀਂ ਸਾਂਝ ਬਣਾ ਕੇ ਰੱਖਾਂਗੇ। ਇਹ ਜੋ ਇੱਕ ਇਤਿਹਾਸਿਕ ਸ਼ਨ ਹੈ, ਇੱਕ ਇਤਿਹਾਸਿਕ ਕਦਮ, ਜਿਹੜਾ ਜਾਤ ਨੂੰ ਮੰਨਦਾ ਹੈ ਉਹ ਸਿੱਖ ਨਹੀਂ, ਤੇ ਅਕਾਲ ਤਖ਼ਤ ਦੀ ਨਜ਼ਰਾਂ ਦੇ ਵਿੱਚ ਜੋ ਸਿੱਖ ਨਹੀਂ ਉਹ ਸਿੱਖੀ ਦੇ ਵਿੱਚ ਪਰਿਵਾਰ ਨਹੀਂ, ਜਿਹਦੇ ਕੋਲ ਜਾਤ ਹੈ ਉਹ ਸਿੱਖ ਨਹੀਂ, ਤੇ ਜਿਸ ਦੀ ਜੋ ਸਿੱਖ ਹੈ ਉਸ ਦੀ ਜਾਤ ਕੋਈ ਨਹੀਂ। ਪਰ ਕਿਤਨੇ ਕੁ ਨੇ ਜਿਹੜੇ ਅੱਜ ਤੋਂ ਬਾਅਦ ਇਸ ਗੱਲ ਨੂੰ ਮੰਨ ਕੇ ਜਾਣਗੇ? ਤੇ ਮੈਂ ਬੇਨਤੀ ਵੀ ਪੈਂਦਾ, ਕਿਉਂਕਿ ਸੰਤੋ ਮਾਖਣ ਖਾਇਆ ਛਾਸ ਪੀਏ ਸੰਸਾਰ,
ਮੱਖਣ ਥੋੜਾ ਹੀ ਹੋਇਆ ਕਰਦਾ ਹੈ, ਬਾਕੀ ਲੱਸੀ ਹੋਇਆ ਕਰਦੀ ਹੈ, ਸਾਰਾ ਸੰਸਾਰ ਲੱਸੀ ਹੈ, ਪਰ ਤਤ ਰੂਪੀ ਮੱਖਣ ਉਹ ਥੋੜਾ ਹੀ ਹੋਇਆ ਕਰਦਾ ਹੈ। ਪਰ ਜੇ ਅਸੀਂ ਪ੍ਰਣ ਕਰ ਲਈਏ, ਅਸੀਂ ਆਪਣੇ ਜ਼ਿਹਨ ਦੇ ਵਿੱਚ ਵਸਾ ਲਈਏ, ਆਪਣੀ ਡਿਊਟੀ ਨੂੰ ਸਮਝ ਲਈਏ, ਤੇ ਫਿਰ ਉਹ ਦਿਲ ਤੋਂ ਉੱਠੇਗੀ, ਉਸਦਾ ਸਾਥ ਦੇਣਾ ਚਾਹੀਦਾ। ਮੈਂ ਆਖੀਰ ਵਿੱਚ ਸਮਾਪਤੀ ਕਰ ਦਵਾਂ। ਕਈ ਵਾਰੀ ਸੁਣਨ ਵਿੱਚ ਇਹ ਮਿਲਦਾ ਕਿ ਸਾਡੇ ਨਾਲ ਵਿਤਕਰਾ ਹੋਇਆ, ਇਸ ਕਰਕੇ ਅਸੀਂ ਸਿੱਖ ਸਮਾਜ ਛੱਡ ਦਿੱਤਾ, ਅਸੀਂ ਸਿੱਖ ਧਰਮ ਛੱਡ ਦਿੱਤਾ। ਇਹ ਗੱਲ ਹਮੇਸ਼ਾ ਆਖੀ ਜਾਂਦੀ ਹੈ ਕਿ ਅਸੀਂ ਸਿੱਖ ਧਰਮ ਤਾਂ ਕਰਕੇ ਛੱਡ ਦਿੱਤਾ, ਸਿੱਖ ਸਮਾਜ ਤਾਂ ਕਰਕੇ ਛੱਡ ਦਿੱਤਾ, ਕਿਉਂਕਿ ਸਾਡੇ ਨਾਲ ਉਹਦੇ ਵਿਤਕਰੇ ਹੋਏ ਨੇ। ਉਹਦੇ ਕਹਿ ਪੈ ਜਾਵੋ, ਕਹੋ ਸਾਡੇ ਗੁਰੂ ਨੇ ਸਾਨੂੰ ਇਹ ਸਿਖਾਇਆ, ਤੂੰ ਵਿਤਕਰਾ ਕਰਨ ਵਾਲਾ ਕੌਣ ਹੁੰਦਾ? ਮੈਂ ਆਪਣਾ ਘਰ ਕਿਉਂ ਛੱਡਾਂ? ਇਹ ਘਰ ਮੇਰਾ ਹੈ, ਆਪਣਾ ਘਰ ਛੱਡ ਦੇਣ ਵਾਲਾ। ਹਾਂ, ਜਦ ਤੱਕ ਕਵਿਤਾ ਦੇ ਵਿੱਚ ਤੋਂ ਹੋਰ ਨਾ ਕਹਿ ਦਵਾਂ, ਗੱਲ ਬਣਦੀ ਨਹੀਂ। ਕਹਿੰਦੇ ਸਿੰਘ ਮੁਕਾਤੇ ਜਦ ਵੈਰੀ ਐਲਾਨ ਰਹੇ ਕਰਦੇ, ਸਿੰਘ ਮੁਕਾਤੇ ਜਦ ਵੈਰੀ ਐਲਾਨ ਰਹੇ ਕਰਦੇ, ਫਿਰ ਰਖਵਾਤੇ ਉੱਠੇ ਪੋਤਾ ਗਰਜਾ ਸਿੰਘ ਵਰਗੇ, ਤੈਨੂੰ ਫਿਕਰ ਹੋਊਗਾ ਆਪਣੇ ਤਖਤਾਂ ਤਾਜਾਂ ਦਾ, ਸਿੰਘਾਂ ਦੇ ਤਾਂ ਮੁੱਢ ਤੋਂ ਹੀ ਡਾਂਗਾਂ ਦੇ ਡੇਰੇ ਨੇ। ਜਦੋਂ ਮੁੱਕ ਗਏ ਨਾ ਬੋਤਾ ਸਿੰਘ ਤੇ ਗਰਜਾ ਸਿੰਘ, ਉਹ ਜ਼ਮੀਰ ਜਾਗਣ ਵਾਲੇ ਇਨਸਾਨ ਸਨ। ਕਹਿੰਦੇ ਸਿੱਖ ਮੁੱਕੇ ਨਹੀਂ, ਤੇ ਜੇ ਖਾਲਸਾ ਜੀ ਜ਼ਮੀਰ ਜਾਗਦਾ ਹੈ ਤੇ ਆਵਾਜ਼ ਦਿਓ। ਆਖੀਰ ਵਿੱਚ ਦੋ ਨੁਕਤੇ ਰੱਖ ਕੇ ਸਮਾਪਤੀ ਕਰ ਦਵਾਂ। ਜਦੋਂ ਤੁਸੀਂ ਕਿਸੇ ਦੇ ਘਰ ਬੈਠਦੇ ਹੋ, ਜੇ ਤੁਹਾਨੂੰ ਕੋਈ ਪੁੱਛਦਾ ਤੇਰੀ ਜਾਤ ਕੀ ਹੈ, ਉਹਦੇ ਗਲ ਪੈ ਜਾਓ, ਕਹੋ ਮੈਂ ਖਾਲਸਾ ਦਾ, ਤੂੰ ਵੇਖਿਆ ਨਹੀਂ ਮੈਂ ਗਾਤਰਾ ਪਾਇਆ, ਦੇਖਿਆ ਨਹੀਂ ਡਾਰੀ ਮੈਂ ਗੁਰੂ ਨਾਨਕ ਦਾ ਸਿੱਖ ਆ, ਤੂੰ ਮੈਨੂੰ ਜਾਤ ਕਿਉਂ ਪੁੱਛੀ? ਬਸ ਇੱਥੋਂ ਸ਼ੁਰੂਆਤ ਕਰ ਦਵੋ, ਲੋਕ ਤੁਹਾਨੂੰ ਤੁਹਾਡੀ ਜਾਤ ਪੁੱਛਣੀ ਬੰਦ ਕਰ ਦੇਣਗੇ ਔਰ ਜਾਤ ਦਾ ਘੋਲ ਵੱਟਿਆ ਜਾਏਗਾ। ਆਖੀਰ ਵੀ ਸਮਾਪਤੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਧੰਨ ਹਰਪ੍ਰੀਤ ਸਿੰਘ ਭਾਮੀਆ ਜੀ, ਜਿਹਨਾਂ ਨੇ ਬਹੁਤ ਹੀ ਸੁਚੱਜੇ ਅਲਫਾਜ਼ ਦੇ ਵਿੱਚ ਆਪ ਜੀ ਨੂੰ ਇਸ ਜਾਤ ਨੂੰ ਖਤਮ ਕਰਨ ਲਈ ਉਪਦੇਸ਼ ਦਿੱਤਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸ਼ਬਦ ਹੈ ਕਿ ਜਾਤ ਜਾਤ ਮੇਂ ਜਾਤ ਹੈ, ਜਿਉਂ ਕੇ ਲੜਕੇ ਪਾਤ, ਰਵਿਦਾਸ ਮਨੁੱਖ ਨਾਲ ਜੁੜ ਸਕੇ ਜਬ ਤੱਕ ਜਾਤ ਨਾ ਜਾਤ। ਅਸੀਂ ਇੱਕ ਜਾਤ ਨੂੰ ਖਤਮ ਕਰਨ ਲਈ ਯਾਤਰਾ ਮਾਰ ਕੱਢ ਰਹੇ ਹਾਂ, ਲੇਕਿਨ ਜਾਤ ਦੇ ਮਜ਼ਬੂਤ ਕਰਨ ਵਾਲੇ ਲੋਕਾਂ ਨੇ ਅੱਗੇ ਜਾਤਾਂ ਨੂੰ ਕਈ ਜਾਤਾਂ ਦੇ ਵਿੱਚ ਗੋਤਰਾਂ ਦੇ ਵਿੱਚ ਵੰਡ ਕੇ ਰੱਖ ਦਿੱਤਾ। ਔਰ ਅਸੀਂ ਹਰਪ੍ਰੀਤ ਸਿੰਘ ਭਾਮੀਆ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਗੋਤਾਂ ਨੂੰ ਅੱਗੇ ਜਿਹੜਾ ਉਹ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ, ਜਿਹੜੀ ਸਾਡੇ ਮਹਾਂਪੁਰਸ਼ਾਂ ਦੇ ਉਪਦੇਸ਼ ਤੋਂ ਸਾਨੂੰ ਦੂਰ ਲੈ ਕੇ ਜਾਂਦੀ ਹੈ। ਅੰਤ ਦੇ ਵਿੱਚ ਮੈਂ ਬੇਨਤੀ ਕਰਾਂਗਾ ਸਾਡੇ ਸਾਥੀ ਅਸ਼ਵਨੀ ਕੁਮਾਰ ਜੀ, ਮੀਡੀਆ ਇੰਚਾਰਜ ਭਾਰਤ ਮੁਕਤੀ ਮੋਰਚਾ ਸਟੇਟ ਪੰਜਾਬ, ਔਰ ਅੱਜ ਦੀ ਇਸ ਇਤਿਹਾਸਿਕ ਯਾਤਰਾ ਨੂੰ ਜੋ ਅੱਜ ਇੱਥੇ ਸਾਈਬਰ ਕਲਾ ਦੀ ਡਾਕਟਰ ਬੀ ਆਰ ਅੰਬੇਡਕਰ ਪਾਰਕ ਦੇ ਵਿੱਚ ਜੀਆ ਕਹਿਣ ਲਈ ਮੰਚਣ ਕਰਵਾਇਆ, ਬੇਨਤੀ ਕਰਦਾ ਔਰ ਧੰਨਵਾਦ ਕਰਦਾ ਸਾਡੇ ਸਟੇਟ ਯੂਨਿਟ ਜਲੰਧਰ ਦੇ ਪ੍ਰਧਾਨ ਸਾਹਿਬ ਸੰਦੀਪ ਅੰਬੇਡਕਰੀ ਜੀ, ਅਸ਼ਵਨੀ ਕੁਮਾਰ ਜੀ, ਪਰਵਿੰਦਰ ਕੁਮਾਰ ਜੀ, ਯੋਗਰਾਜ ਕਾਂਸੀ ਜੀ, ਰਿੰਕੂ ਸਾਈਪੁਰ ਜੀ, ਅਜੇ ਕੁਮਾਰ ਜੀ ਔਰ ਰਵੀ ਕੁਮਾਰ ਜੀ, ਇਹ ਸਾਰੇ ਹੀ ਸਾਥੀ ਸਤਿਕਾਰਯੋਗ ਆ। ਔਰ ਸਮੇਂ ਦੇ ਭਾਵ ਦੇ ਕਾਰਨ, ਕਿਉਂਕਿ ਯਾਤਰਾ ਜਿਹੜੀ ਹੈ ਚਾਰ ਤਖਤ ਨੂੰ ਜਾ ਕੇ ਨਤਮਸਤਕ ਹੋਣੀ ਆ, ਸਮੇਂ ਦੇ ਭਾਵ ਦੇ ਕਾਰਨ ਟਾਈਮ ਨਹੀਂ ਦੇ ਸਕਿਆ। ਗੋਪਾਲਪੁਰ ਤੋਂ ਸਾਥੀ ਆਏ ਆ, ਗਦਾਈਪੁਰ ਤੋਂ ਆਏ ਆ ਔਰ ਕਰਤਾਰਪੁਰ ਤੋਂ ਸਖਤ ਆਏ ਆ, ਤੋ ਬੇਨਤੀ ਕਰਾਂਗਾ ਅਸ਼ਵਨੀ ਕੁਮਾਰ ਜੀ, ਮੀਡੀਆ ਇੰਚਾਰਜ ਭਾਰਤ ਮੁਕਤੀ ਮੋਰਚਾ ਸਟੇਟ ਪੰਜਾਬ, ਕਿ ਉਹ ਅੱਜ ਦੀ ਇਸ ਯਾਤਰਾ ਦੀ ਸਮਾਪਤੀ ਲਈ ਜੋ ਅੱਜ ਇੱਥੇ ਅਸੀਂ ਸਵਾਗਤ ਕੀਤਾ, ਉਹਨੂੰ ਸਖਤਾਂ ਦਾ ਧੰਨਵਾਦ ਕਰਨ ਜਿਹਨਾਂ ਨੇ ਆਪਣੀ ਹਾਜ਼ਰੀ ਦਿਵਾਈ।
ਸਾਡੀ ਅਸ਼ਵਨੀ ਕੁਮਾਰ ਜੀ ਮੀਡੀਆ ਇੰਚਾਰਜ ਭਾਰਤ ਮੁਕਤੀ ਮੋਰਚਾ ਪੰਜਾਬ ਬੇਨਤੀ ਹੈ ਕਿ ਕਿਸ ਤਰ੍ਹਾਂ ਇਹ ਵਾਕ ਅੱਜ ਦੇ ਇਸ ਪਾਵਨ ਅਵਸਰ ਦੇ ਉੱਤੇ ਜੋ ਇੱਕ ਵਿਸ਼ੇਸ਼ ਔਰ ਇੱਕ ਇਤਿਹਾਸਿਕ ਯਾਤਰਾ ਜਾਤ ਤੋੜੋ ਸਮਾਜ ਜੋੜੋ ਸਿੱਖ ਭਾਈਚਾਰੇ ਵੱਲੋਂ ਜੋ ਇਹ ਵਿਸ਼ਾਲ ਯਾਤਰਾ ਕੱਢੀ ਜਾ ਰਹੀ ਹੈ, ਸਭ ਤੋਂ ਪਹਿਲਾਂ ਮੈਂ ਜੀ ਆਇਆਂ ਨੂੰ ਕਹਿੰਦਾ ਸਾਰੇ ਆਏ ਹੋਏ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਜ਼ਿਆਦਾ ਸਮਾਂ ਨਹੀਂ ਲਾਉਂਦਾ ਕਿਉਂਕਿ ਮੈਨੂੰ ਪਤਾ ਕਿ ਯਾਤਰਾ ਜਿਹੜੀ ਆ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਤੱਕ ਜਾ ਕੇ ਸਮਾਪਤੀ ਕਰਨੀ ਆ ਔਰ ਸਮੇਂ ਦੀ ਘਾਟ ਹੋਣ ਕਰਕੇ ਇਹ ਗੱਲ ਮੈਂ ਸਮਝਦਾ। ਅੱਜ ਦਾ ਜੋ ਇਹ ਕਾਰਜਕ੍ਰਮ ਹੈ ਇਹ ਜੋ ਸ਼ੁਰੂਆਤ ਹੈ ਅੱਜ ਸਿੱਖ ਸਮਾਜ ਵੱਲੋਂ ਸਿੱਖ ਧਰਮ ਵੱਲੋਂ ਇਹ ਜੋ ਸ਼ੁਰੂਆਤ ਕੀਤੀ ਗਈ ਹੈ ਜਾਤ ਤੋੜੋ ਸਮਾਜ ਤੋੜੋ। ਅੱਜ ਭਾਰਤ ਦੇਸ਼ ਦੇ ਵਿੱਚ ਇਹ ਜਿਹੜੀ ਸਮੱਸਿਆ ਇਹ ਪੂਰੀ ਜੜ ਕਰ ਚੁੱਕੀ ਆ, ਇਹ ਹੁਣ ਦੀ ਗੱਲ ਨਹੀਂ, ਹਜ਼ਾਰਾਂ ਸਾਲਾਂ ਤੋਂ ਇਹ ਜਿਹੜੀ ਜਾਤ ਪਾਤ ਦੀ ਸਮੱਸਿਆ ਚੱਲੀ ਆ ਰਹੀ ਹੈ। ਲੇਕਿਨ ਕਦੇ ਵੀ ਇਹਨੂੰ ਕਿਸੇ ਨੇ ਸਿਰਫ ਸਵਾਇ ਸਿੱਖ ਧਰਮ ਤੋਂ, ਸਵਾਇ ਮੁਸਲਿਮ ਧਰਮ ਤੋਂ, ਸਵਾਇ ਕ੍ਰਿਸਚਨ ਧਰਮ ਤੋਂ, ਸਵਾਇ ਬੁੱਧਿਜ਼ਮ ਤੋਂ, ਇਹ ਤੋਂ ਇਲਾਵਾ ਕਿਸੇ ਨੇ ਵੀ ਇਹਨੂੰ ਤੋੜ ਦੀ, ਇਹਨੂੰ ਖਤਮ ਕਰਨ ਦੀ ਇਹਨੂੰ ਕਦੇ ਕਿਸੇ ਨੇ ਪਹਿਲ ਨਹੀਂ ਕੀਤੀ। ਲੇਕਿਨ ਭਾਰਤ ਦੇਸ਼ ਦੇ ਵਿੱਚ ਜਿਹੜੀਆਂ ਸ਼ਾਸਕ ਜਾਤੀਆਂ ਭਾਰਤ ਦੇਸ਼ ਦੇ ਵਿੱਚ ਜਿਹੜੀਆਂ ਸ਼ਾਸਕ ਜਾਤੀਆਂ ਤੇ ਰਾਜ ਕਰ ਰਹੀਆਂ ਉਹਨਾਂ ਦਾ ਮੁੱਖ ਮੁੱਦਾ ਇਹੀ ਆ ਕਿ ਭਾਰਤ ਦੇਸ਼ ਦੇ ਜਿਹੜੇ 6,743 ਜਾਤਾਂ ਦੇ ਵਿੱਚ ਵੰਡੇ ਹੋਏ ਲੋਕ ਆ ਇਹਨਾਂ ਨੂੰ ਇਹਨਾਂ ਦੀ ਜਿਹੜੀ ਗੁਲਾਮੀ ਆ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ। ਉਹ ਕਦੇ ਨਹੀਂ ਚਾਹੁੰਦੇ ਕਿ ਇਹਨਾਂ ਦੀਆਂ ਜਾਤਾਂ ਪਾਤਾਂ ਨੂੰ ਖਤਮ ਕਰਕੇ ਇਹਨਾਂ ਨੂੰ ਇੱਕ ਸਮਾਨਤਾ ਦੇ ਉੱਤੇ ਇੱਕ ਲਾਈਨ ਦੇ ਵਿੱਚ ਲਾ ਕੇ ਖੜਾ ਕੀਤਾ ਜਾਵੇ। ਇਸ ਕਰਕੇ ਮੋਹਨ ਭਾਗਵਤ ਵਰਗੇ ਬੰਦੇ, RSS ਵਰਗੇ ਬੰਦੇ ਜਿਹੜੇ ਦੇਸ਼ ਦੇ ਵਿੱਚ ਹੁਕਮਰਾਨ ਬਣੀ ਬੈਠੇ ਆ, ਜਿਹੜੇ ਦੇਸ਼ ਨੂੰ ਚਲਾ ਰਹੇ ਆ, ਭਾਰਤ ਦੇ ਜਿਹੜਾ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ, ਉਹ ਇੱਕ ਉਸੇ ਸੈਨਾ ਦਾ ਇੱਕ ਸਿਪਾਹੀ ਆ। ਅਸਲ ਵਿੱਚ ਜਿਹੜੇ ਭਾਰਤ ਦੇਸ਼ ਨੂੰ ਚਲਾਉਣ ਵਾਲੇ ਆ ਉਹ ਬ੍ਰਾਹਮਣਵਾਦੀ ਲੋਕ ਆ ਔਰ ਇਹ ਜਿਹੜੇ ਬ੍ਰਾਹਮਣਵਾਦੀ ਲੋਕ ਆ ਇਹ ਸਾਰੇ ਧਰਮਾਂ ਨੂੰ ਨਿਗਲਣਾ ਚਾਹੁੰਦੇ ਆ। ਤੁਸੀਂ ਅਖਬਾਰਾਂ ਪੜ੍ਹਦੇ ਆ, ਤੁਸੀਂ ਉਹਨਾਂ 'ਚ ਦੇਖਦੇ ਆ ਉਹ ਕਿੱਦਾਂ ਛੜੇ ਹੋਏ ਗੱਲ ਕਹਿੰਦੇ ਆ ਕਿ ਜਿਹੜਾ ਸਿੱਖ ਧਰਮ ਆ ਉਹ ਵੀ ਹਿੰਦੂ ਧਰਮ ਦਾ ਇੱਕ ਹਿੱਸਾ ਆ, ਬੁੱਧਿਜ਼ਮ ਆ ਉਹ ਵੀ ਹਿੰਦੂ ਧਰਮ ਦਾ ਇੱਕ ਹਿੱਸਾ ਆ ਔਰ ਮੁਸਲਮਾਨਾਂ ਦੇ ਨਾਲ ਤਸ਼ੱਦਦ ਕਰ ਰਹੇ ਆ। ਅੱਜ ਤੁਸੀਂ ਦੇਖਿਆ ਤਾਜ਼ੀ ਘਟਨਾ ਆ, ਅੱਜ ਮੁਸਲਮਾਨਾਂ ਨੂੰ ਜਿਹੜੇ ਕਿ ਨਿਰਦੋਸ਼ ਸੀ ਅਗਲੇ ਮਹੀਨੇ ਤੱਕ ਉਹਨਾਂ ਨੇ ਜੇਲ੍ਹ ਤੋਂ ਬਰੀ ਹੋ ਜਾਣਾ ਸੀ। ਇੱਕ ਦੇਸ਼ ਦੇ ਵਿੱਚ ਲੋਕਾਂ ਨੂੰ ਗੁਮਰਾਹ ਕਰਨ ਲਈ ਉਹਨਾਂ ਨੂੰ ਅੱਤਵਾਦੀ ਸਾਬਤ ਕਰਕੇ ਉਹਨਾਂ ਨੂੰ ਨੱਤੇ ਲੋਕਾਂ ਨੂੰ ਗੋਲੀਆਂ ਚਲਾ ਕੇ ਮਾਰਿਆ ਗਿਆ। ਇਸ ਕਰਕੇ ਸਾਥੀਓ, ਇਹ ਲੜਾਈ ਜਿਹੜੀ ਹੈ ਇਕੱਲੇ ਇਕੱਲੇ ਨਾਲ ਲੜਨ ਵਾਲੀ ਨਹੀਂ, ਚਾਹੇ ਸਿੱਖ ਆ, ਚਾਹੇ ਮੁਸਲਮਾਨ ਆ, ਚਾਹੇ ਅਬਾਦੀ ਆ, ਚਾਹੇ ਕ੍ਰਿਸਚਨ ਆ, ਇਹਨਾਂ ਨੂੰ ਇਕੱਠੇ ਹੋਣਾ ਪੈਣਾ, ਇੱਕ ਮੰਚ ਤੇ ਇਕੱਠੇ ਹੋਣਾ ਪੈਣਾ ਤੇ ਉਹਦੇ ਲਈ ਮਾਨਸੋਵਾਰ ਭਾਰਤ ਮੁਕਤੀ ਮੋਰਚਾ ਉਹ ਸਭ ਤੋਂ ਪਹਿਲਾਂ ਇਹ ਸ਼ੁਰੂਆਤ ਕਰ ਚੁੱਕਿਆ ਹੈ। ਇਸ ਕਰਕੇ ਇਹ ਦੇਣੀਆਂ ਭਾਰਤ ਦੇਸ਼ ਵਿੱਚ 6,743 ਜਾਤਾਂ ਆ ਉਹਨੂੰ ਇਕੱਠੇ ਕਰਨ ਦੇ ਵਿੱਚ ਅਸੀਂ ਕਾਮਯਾਬ ਹੋ ਗਏ। ਬ੍ਰਾਹਮਣਾਂ ਨੇ ਸਾਨੂੰ ਇੱਕ ਪਛਾਣ ਦਿੱਤੀ, ਉਹਨਾਂ ਨੇ ਸਾਨੂੰ ਕਿਸੇ ਨੂੰ ਚੂੜਾ ਗਿਆ, ਕਿਸੇ ਨੂੰ ਚਮਾਰ ਗਿਆ, ਇੱਦਾਂ ਕਰ ਕਰਕੇ ਉਹਨਾਂ ਨੇ 6,743 ਜਾਤਾਂ 'ਚ ਵੰਡਿਆ। ਬਾਬਾ ਸਾਹਿਬ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ, ਇਹਨਾਂ 6,743 ਜਾਤਾਂ ਦੇ ਵਿੱਚ ਵੰਡੇ ਹੋਏ ਲੋਕਾਂ ਨੂੰ ਚਾਰ ਭਾਗਾਂ ਦੇ ਵਿੱਚ ਇਕੱਠੇ ਕੀਤਾ। ਉਹ ਕੀਤਾ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ, ਉਹ ਵੀ ਸੀ ਔਰ ਬਾਕੀ ਅਲਪ ਸੰਖਿਅਕ ਲੋਕ ਆ, ਚਾਹੇ ਸਿੱਖ ਆ, ਈਸਾਈ ਆ, ਬੋਧੀ ਆ, ਜੈਨ ਆ, ਮੁਸਲਿਮ ਆ, ਇਹਨਾਂ ਸਾਰੇ ਲੋਕਾਂ ਨੂੰ ਇੱਕ ਉਹਨਾਂ ਨੇ ਨਾਮ ਦਿੱਤਾ ਮਾਨਵਟੀ ਤੇ ਜਿਹੜੇ ਅਲਪ ਸੰਖਿਅਕ ਲੋਕ ਆ। ਔਰ ਮਾਨ ਸਾਹਿਬ ਨੇ ਇੱਕ ਤੋਂ ਵੱਡਾ ਉਪਰਾਲਾ ਕੀ ਕੀਤਾ, ਉਹਨਾਂ ਨੇ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਨਾਮ ਦਿੱਤਾ ਕਿ ਅਸੀਂ ਭਾਰਤ ਦੇਸ਼ ਦੇ ਮੂਲ ਵਾਸੀ ਲੋਕ ਆ। ਇਸ ਕਰਕੇ ਸਾਥੀਓ, ਇਹ ਭਾਰਤ ਦੇਸ਼ ਸਾਡਾ ਆ, ਇੱਥੇ ਵਿਦੇਸ਼ੀਆਂ ਦਾ ਰਾਜ ਆ। 1947 ਨੂੰ ਜਿਹੜਾ ਦੇਸ਼ ਆਜ਼ਾਦ ਹੋਇਆ
ਸਭ ਤੋਂ ਵੱਡਾ ਸਤੰਤਰ ਹੋਇਆ। ਅੰਗਰੇਜ਼ ਭਾਰਤ ਦੇਸ਼ ਨੂੰ ਛੱਡ ਕੇ ਗਿਆ ਔਰ ਦੂਸਰਾ ਜਿਹੜਾ ਵਿਦੇਸ਼ੀ ਆ ਉਹਦੇ ਆਪਣੀ ਸੱਤਾ ਨੂੰ ਸੰਭਾਲ ਕੇ ਚਲਾ ਗਿਆ। ਅੱਜ ਵੀ ਅਸੀਂ ਜਿਹੜੀ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ। ਅਸੀਂ ਉਦੋਂ ਤੱਕ ਹਾਰ ਨਹੀਂ ਮੰਨਾਂਗੇ ਜਦੋਂ ਤੱਕ ਇਹ ਵਿਦੇਸ਼ੀ ਬ੍ਰਾਹਮਣਾਂ ਨੂੰ ਜਿਹੜਾ DNA ਤੋਂ ਪ੍ਰੂਫ ਹੋ ਚੁੱਕਿਆ ਕਿ ਜਿਹੜਾ ਬ੍ਰਾਹਮਣ ਆ ਇਹਦਾ ਜਿਹੜਾ DNA ਭਾਰਤ ਦੇ SC ST OBC ਔਰ ਮਾਈਨੋਰਟੀ ਲੋਕਾਂ ਦੇ ਨਾਲ ਮੇਲ ਨਹੀਂ ਖਾਂਦਾ। ਔਰ ਇਹ ਤੋਂ ਇਹ ਵੀ ਸਾਬਤ ਹੋਇਆ ਕਿ ਇਹ ਜਿਹੜਾ ਲੋਕ ਆ ਬ੍ਰਾਹਮਣ ਖੱਤਰੀ ਵੈਸ ਇਹ ਭਾਰਤ ਦੇਸ਼ ਦੇ ਨਾਗਰਿਕ ਨਹੀਂ, ਇਹ ਭਾਰਤ ਦੇਸ਼ ਦੇ ਮੂਲ ਵਾਸੀ ਨਹੀਂ, ਇਹ ਵਿਦੇਸ਼ਾਂ ਤੋਂ ਆਏ ਹੋਏ ਜਿਹੜੇ ਆ ਵਿਦੇਸ਼ੀ ਆ। ਇਸ ਕਰਕੇ ਸਾਥੀਓ ਅੱਜ ਜਿਹੜੀਆਂ ਜਾਤਾਂ ਪਾਤਾਂ ਅੱਜ ਜਿਹੜੀ ਇੰਨੀ ਗੈਰ ਬਰਾਬਰੀ ਆ ਇੰਨੀ ਭੁੱਖ ਭਰੀ ਆ ਔਰਤਾਂ ਦੇ ਨਾਲ ਅੱਤਿਆਚਾਰ ਹੋ ਰਿਹਾ ਔਰ ਮੁਸਲਮਾਨਾਂ ਸਿੱਖਾਂ ਦੇ ਨਾਲ ਕਤਲੇਆਮ ਹੋ ਰਿਹਾ, ਇਹ ਜਿਹੜੀਆਂ ਸਾਰੀਆਂ ਸਮੱਸਿਆ ਦੀ ਜੜ੍ਹ ਜਿਹੜੀ ਹੈਗੀ ਆ ਉਹ ਜੜ੍ਹ ਹੈ ਬ੍ਰਾਹਮਣਵਾਦ। ਬ੍ਰਾਹਮਣਵਾਦ ਨੂੰ ਜਦੋਂ ਹਾਰੇ ਬਗੈਰ ਜਦੋਂ ਟੁੱਟੇ ਬਗੈਰ ਅਸੀਂ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ। ਕੋਈ ਲੜਾਈ ਲੜ ਰਿਹਾ ਕਿ ਸਾਨੂੰ ਨੌਕਰੀਆਂ ਚਾਹੀਦੀਆਂ, ਕੋਈ ਲੜਾਈ ਲੜ ਰਿਹਾ ਕਿ ਸਾਡੇ ਨਾਲ ਅੱਤਿਆਚਾਰ ਹੋ ਰਿਹਾ, ਇਹ ਜਿਹੜੀ ਕੱਲੀ ਕੱਲੀ ਸਮੱਸਿਆ ਨੂੰ ਅਸੀਂ ਲੜ ਕੇ ਹੱਲ ਨਹੀਂ ਕਰ ਸਕਦੇ। ਸਭ ਤੋਂ ਵੱਡੀ ਇਹ ਸਮੱਸਿਆ ਨੂੰ ਅਸੀਂ ਜਦੋਂ ਪੁੱਛਣਾ ਚਾਹੁੰਦੇ ਹਾਂ ਔਰ ਹੈ ਬ੍ਰਾਹਮਣਵਾਦ। ਇਹ ਬ੍ਰਾਹਮਣਵਾਦ ਨੂੰ ਭਾਰਤ ਦੇਸ਼ ਤੋਂ ਕੱਢੇ ਬਗੈਰ ਅਸੀਂ ਕੋਈ ਵੀ ਜਿਹੜੀ ਆਪਣੀ ਮੁਸ਼ਕਲ ਦਾ ਹੱਲ ਨਹੀਂ ਕਰ ਸਕਦੇ। ਇਸ ਕਰਕੇ ਸਿੱਖਾਂ ਨੂੰ, ਕ੍ਰਿਸਚਨਾਂ ਨੂੰ, ਮੁਸਲਮਾਨਾਂ ਨੂੰ, ਬੋਧੀਆਂ ਨੂੰ ਇਹ ਸਾਰਿਆਂ ਨੂੰ ਇੱਕ ਮੰਚ 'ਤੇ ਇਕੱਠਾ ਹੋਣਾ ਪੈਣਾ ਅਤੇ ਇਸ ਦਾ ਉਪਰਾਲਾ ਅੱਜ ਜੋ ਤੁਸੀਂ ਕੀਤਾ ਅਸੀਂ ਆਲਰੇਡੀ ਸ਼ੁਰੂ ਕਰ ਚੁੱਕੇ ਹਾਂ। ਔਰ ਭਾਰਤ ਦੇ ਜਿਹੜੇ OBC ਲੋਕ ਆ ਅਸੀਂ ਨੂੰ ਕਾਫ਼ੀ ਤਾਦਾਦ ਵਿੱਚ ਚਾਹੀਦੀ ਆ, ਜਾਤਾਂ ਨੂੰ ਅਸੀਂ ਇਕੱਠੇ